ਪੰਜਾਬ ਦੇ ਵਿੱਚ ਸੈਂਸਿਟਿਵ ਕੰਟੈਂਟ 'ਤੇ ਫਿਲਮ ਬਣਦੀ ਹੈ, ਚਾਹੇ ਉਹ ਧਰਮ ਯੁੱਧ ਮੋਰਚਾ ਹੋਵੇ, ਤੁਹਾਡੀ ਫਿਲਮ ਸਾਡਾ ਹੱਕ ਹੋਵੇ, ਹੁਣ ਪੰਜਾਬ 95 ਦੀ ਗੱਲ ਕਰ ਲਓ, ਇਹ ਹੋਵੇ, ਇੱਦਾਂ ਦੀਆਂ ਫਿਲਮਾਂ 'ਤੇ ਸੈਂਸਰ ਬੋਰਡ ਇਤਰਾਜ਼ ਕਿਉਂ ਜਤਾਉਂਦਾ ਹੈ? ਕਿਉਂਕਿ ਪੱਗਾਂ ਵਾਲਿਆਂ ਦੀਆਂ ਫਿਲਮਾਂ ਨੇ, ਬੇਅਕਲ ਜਿਹੇ ਬੰਦੇ ਬੈਠੇ ਨੇ ਜ਼ਿਆਦਾਤਰ ਲੋਕ, ਉਹ ਨੇ ਪੋਲੀਟੀਕਲ ਪਾਰਟੀਆਂ ਦੇ ਜਿਹੜੀ ਚਮਚਾਗਿਰੀ ਕਰਦੇ ਨੇ ਲੋਕ, ਉਹੋ ਜਿਹੇ ਲੋਕਾਂ ਨੂੰ ਉਹਨਾਂ ਨੇ ਸੈਂਸਰ ਬੋਰਡ ਦੇ ਮੈਂਬਰ ਬਣਾਇਆ ਹੋਇਆ। ਉਹਨਾਂ ਨੇ ਇਹ ਵੀ ਕਹਿਤਾ ਕਿ ਯਾਰ ਸਾਨੂੰ ਤੁਹਾਡੇ 'ਤੇ ਵੀ ਡਾਊਟ ਹੈ ਕਿ ਤੁਸੀਂ ਸ਼ਾਇਦ ਪ੍ਰੋ ਖਾਲਿਸਤਾਨ ਫਿਲਮ ਬਣਾਈ ਆ ਅਤੇ ਤੁਹਾਨੂੰ ਫੰਡਿੰਗ ਕਿਸੇ ਖਾਲਿਸਤਾਨੀ ਜਥੇਬੰਦੀਆਂ ਨੇ ਕੀਤੀ ਆ। 85 ਜਿਹੜੇ ਕੱਟ ਉਹਨਾਂ ਨੇ ਲਾਏ ਆ ਉਹ ਇਹੀ ਨਿੱਕੀਆਂ ਨਿੱਕੀਆਂ ਗੱਲਾਂ, ਜਿੱਥੇ ਵੀ ਕੋਈ ਕੰਕਰੀਟ ਅਸਲੀ ਮੁੱਦੇ ਦੀ ਗੱਲ ਜਿਹੜੀ ਸਿਸਟਮ 'ਤੇ ਉਂਗਲ ਚੱਕਦੀ ਆ ਉਹਨਾਂ ਨੇ ਉਹ ਸਾਰੀਆਂ ਰਿਮੂਵ ਕਰਤੀਆਂ ਹੋਣਗੀਆਂ। ਗੱਲ ਇਹੀ ਹੈ ਜਿਹੜੀ ਮੈਂ ਸ਼ੁਰੂ 'ਚ ਕੀਤੀ ਆ ਕਿ ਪੱਗਾਂ ਵਾਲਿਆਂ ਦਾ ਜਿੱਥੇ ਜਿੱਥੇ ਦਰਦ ਬਿਆਨ ਕਰਦੀ ਹੋਈ ਕੋਈ ਗੱਲ ਹੈ ਉਹ ਨਹੀਂ ਸਾਹਮਣੇ ਆਉਣੀ ਚਾਹੀਦੀ। ਸਾਨੂੰ ਨਚਾਰ ਦਿਖਾ ਦਿਓ, ਆ ਜਿਹੜਾ ਸੱਭਿਆਚਾਰਕ ਪ੍ਰਦੂਸ਼ਣ ਫੈਲਾਉਣ ਵਾਲਾ ਚਮਕੀਲਾ ਸੀਗਾ ਉਹਦੇ 'ਤੇ ਫਿਲਮ ਬਣਦੀ ਆ, ਸੈਲੀਬ੍ਰੇਟ ਕੀਤੀ ਜਾਂਦੀ ਆ, ਪੂਰੇ ਇੰਡੀਆ ਵੱਲੋਂ ਸੈਲੀਬ੍ਰੇਟ ਕੀਤੀ ਜਾਂਦੀ ਹੈ ਜਿਹਨੇ ਗੰਦ ਪਾਇਆ ਸੀ ਉਸ ਵੇਲੇ ਘਰਾਂ ਦੇ ਵਿੱਚ, ਕਿਹੋ ਜਿਹੇ ਉਹਦੇ ਗਾਣੇ ਆ ਜਿਹੜੇ ਤੁਸੀਂ ਅੱਜ ਵੀ ਨਹੀਂ ਸੁਣ ਸਕਦੇ ਅਤੇ ਉਹਨੂੰ ਤੁਸੀਂ ਹੀਰੋ ਬਣਾ ਕੇ ਪੇਸ਼ ਕਰ ਰਹੇ ਹੋ ਅਤੇ ਉਹੀ ਦਿਲਜੀਤ ਹੈ ਅਤੇ ਉਹੀ ਬਿਲਕੁਲ ਹੀਰੋ ਸੇਮ ਹੈ ਫਿਲਮ ਦਾ। 95 ਤੋਂ ਪਹਿਲਾਂ ਮੈਨੂੰ ਯਾਦ ਹੈ ਫਿਲਮ ਦਾ ਨਾਮ ਘੱਲੂਘਾਰਾ ਰੱਖਿਆ ਗਿਆ ਸੀ, ਜਦੋਂ ਪਹਿਲਾਂ ਫਿਲਮ ਪੇਸ਼ ਕੀਤੀ ਗਈ ਤਾਂ ਨਾਮ 'ਤੇ ਇਤਰਾਜ਼ ਜਤਾਇਆ ਗਿਆ ਕਿ ਘੱਲੂਘਾਰਾ ਨਾਮ ਕਿਉਂ ਰੱਖਿਆ ਗਿਆ? ਫਿਰਕਾ ਪ੍ਰਸ਼ਟ ਦੇਸ਼ ਦਾ ਮੈਂ ਕਹੂੰਗਾ ਕਿ ਜਿਹੜਾ ਆਪਾਂ ਕਹਿੰਦੇ ਹਾਂ ਨਾ ਜੀ ਹਿੰਦੂ ਰਾਸ਼ਟਰ ਬਣ ਜਾ ਰਿਹਾ, ਬਣ ਨਹੀਂ ਜਾ ਰਿਹਾ, ਹਿੰਦੂ ਰਾਸ਼ਟਰ ਬਣ ਚੁੱਕਾ ਵਾ ਅਜੇ। ਸਤਿ ਸ਼੍ਰੀ ਅਕਾਲ, ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਕਮਲਜੀਤ ਕੌਰ। ਅੱਜ ਇੱਕ ਖਾਸ ਮੁੱਦੇ ਦੇ ਉੱਤੇ ਅਸੀਂ ਇੰਟਰਵਿਊ ਕਰਨੀ ਹੈ ਔਰ ਮੁੱਦਾ ਹੈ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਬਣੀ ਫਿਲਮ 95 ਬਾਰੇ। ਹਾਲ ਹੀ ਦੇ ਵਿੱਚ ਸੈਂਸਰ ਬੋਰਡ ਦੇ ਵੱਲੋਂ 95 ਫਿਲਮ ਦੇ 85 ਸੀਨਾਂ ਦੇ ਉੱਤੇ ਇਤਰਾਜ਼ ਜਤਾਇਆ ਗਿਆ, 85 ਸੀਨ 'ਤੇ ਕੱਟ ਲਗਾਏ ਗਏ ਨੇ। ਆਖਿਰਕਾਰ ਕਿਉਂ ਕੌਮ ਦੀ ਮਹਾਨ ਸ਼ਖਸੀਅਤ ਜਸਵੰਤ ਸਿੰਘ ਖਾਲੜਾ 'ਤੇ ਬਣੀ ਫਿਲਮ 'ਤੇ ਸੈਂਸਰ ਬੋਰਡ ਨੂੰ ਇਤਰਾਜ਼ ਹੈ? ਇਹ ਫਿਲਮ ਦਿਲਜੀਤ ਦੁਸਾਂਝ ਦੀ ਅਦਾਕਾਰੀ ਹੇਠ ਬਣੀ ਹੈ, ਸੋ ਪ੍ਰੋਡਿਊਸਰਸ ਵੀ ਪਰੇਸ਼ਾਨ ਨੇ, ਐਕਟਰ ਵੀ ਪਰੇਸ਼ਾਨ ਹੈ ਅਤੇ ਉੱਧਰ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਲੋਕ ਵੀ ਪਰੇਸ਼ਾਨ ਨੇ। ਆਖਿਰਕਾਰ ਜਦੋਂ ਇੱਦਾਂ ਦੇ ਕੋਨਸੈਪਟ 'ਤੇ ਫਿਲਮਾਂ ਬਣਦੀਆਂ ਨੇ ਤਾਂ ਕਿਉਂ ਸੈਂਸਰ ਬੋਰਡ ਸਭ ਤੋਂ ਵੱਧ ਇਤਰਾਜ਼ ਜਤਾਉਂਦਾ? ਕਿਉਂ ਸੈਂਸਰ ਬੋਰਡ ਆਪਣੀ ਕੈਂਚੀ ਇੱਦਾਂ ਦੇ ਕੰਟੈਂਟ 'ਤੇ ਚਲਾਉਂਦਾ? ਇਸ ਤੋਂ ਪਹਿਲਾਂ ਸਾਡਾ ਹੱਕ ਫਿਲਮ ਤੁਹਾਨੂੰ ਯਾਦ ਹੋਣੀ ਹੈ, ਉਹਦੇ ਉੱਤੇ ਵੀ ਇੱਦਾਂ ਦੇ ਵਿਵਾਦ ਖੜ੍ਹੇ ਹੋਏ ਸੀ, ਸੁਪਰੀਮ ਕੋਰਟ ਦੇ ਵਿੱਚ ਉਸ ਫਿਲਮ ਦੀ ਟੀਮ ਨੇ ਜਾ ਕੇ ਲੜਾਈ ਜਿੱਤੀ ਸੀ। ਸੋ ਅੱਜ ਅਸੀਂ ਇਸ ਪੂਰੇ ਮੁੱਦੇ 'ਤੇ ਗੱਲਬਾਤ ਕਰਨੀ ਹੈ ਕਿ ਆਖਿਰਕਾਰ ਸੈਂਸਰ ਬੋਰਡ ਦਾ ਇੱਦਾਂ ਦਾ ਵਰਤਾਰਾ ਕਿਉਂ ਹੈ। ਸਾਡੇ ਨਾਲ ਐਕਟਰ ਔਰ ਪ੍ਰੋਡਿਊਸਰ ਕੁਲਜਿੰਦਰ ਸਿੱਧੂ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕੁਲਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਸਤਲੁਜ ਟੀਵੀ 'ਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਮਲ, ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ। ਸਭ ਤੋਂ ਪਹਿਲਾਂ ਤਾਂ ਜਦੋਂ ਵੀ ਪੰਜਾਬ ਦੇ ਵਿੱਚ ਸੈਂਸਿਟਿਵ ਕੰਟੈਂਟ 'ਤੇ ਫਿਲਮ ਬਣਦੀ ਹੈ, ਚਾਹੇ ਉਹ ਧਰਮ ਯੁੱਧ ਮੋਰਚਾ ਹੋਵੇ, ਤੁਹਾਡੀ ਫਿਲਮ ਸਾਡਾ ਹੱਕ ਹੋਵੇ, ਜਾਂ ਹੁਣ ਪੰਜਾਬ 95 ਦੀ ਗੱਲ ਕਰ ਲਓ, ਇਹ ਹੋਵੇ, ਇੱਦਾਂ ਦੀਆਂ ਫਿਲਮਾਂ 'ਤੇ ਸੈਂਸਰ ਬੋਰਡ ਇਤਰਾਜ਼ ਕਿਉਂ ਜਤਾਉਂਦਾ? ਕਿਉਂਕਿ ਪੱਗਾਂ ਵਾਲਿਆਂ ਦੀਆਂ ਫਿਲਮਾਂ ਨੇ, ਨੰਬਰ 1 ਪ੍ਰੋਬਲਮ ਇਹੀ ਹੈ। ਜਦੋਂ ਮੈਂ ਸੈਂਸਰ ਬੋਰਡ ਕੋਲ ਸਾਡਾ ਹੱਕ ਫਿਲਮ ਲੈ ਕੇ ਗਿਆ ਸੀਗਾ ਅਤੇ ਉਹਨਾਂ ਨੇ ਬਹੁਤ ਸਾਰੇ ਇਤਰਾਜ਼ ਕੀਤੇ ਸੀਗੇ। ਈਵਨ ਉਹਦੇ ਵਿੱਚ ਇੱਕ ਰਾਜ ਕਰੇਗਾ ਖਾਲਸਾ ਇੱਕ ਜਗ੍ਹਾ 'ਤੇ ਇੱਕ ਲੇਡੀ ਜਿਹੜੀ ਆ ਨਾਰਾ ਮਾਰਦੀ ਆ, ਉਹ ਸਾਡਾ ਧਾਰਮਿਕ ਨਾਰਾ ਹੈ, ਉਹਨਾਂ ਨੇ ਉਹ 'ਤੇ ਵੀ ਓਬਜੈਕਸ਼ਨ ਲਾਇਆ। ਸੋ
ਬੇਅਕਲ ਜਿਹੇ ਬੰਦੇ ਬੈਠੇ ਨੇ ਜ਼ਿਆਦਾਤਰ ਲੋਕ, ਉਹ ਨੇ ਪੋਲੀਟੀਕਲ ਪਾਰਟੀਆਂ ਦੇ ਜਿਹੜੀ ਚਮਚਾਗਿਰੀ ਕਰਦੇ ਨੇ ਲੋਕ, ਉਹੋ ਜਿਹੇ ਲੋਕਾਂ ਨੂੰ ਉਹਨਾਂ ਨੇ ਸੈਂਸਰ ਬੋਰਡ ਦੇ ਮੈਂਬਰ ਬਣਾਇਆ ਹੋਇਆ। ਸੋ ਮੈਨੂੰ ਉਹਨਾਂ ਦੀ ਲਿਆਕਤ ਕੈਲੀਬਰ ਇਸ ਗੱਲ ਤੋਂ ਹੀ ਪਤਾ ਲੱਗ ਗਈ ਜਦੋਂ ਉਹਨਾਂ ਨੇ ਰਾਜ ਕਰੇਗਾ ਖਾਲਸਾ 'ਤੇ ਓਬਜੈਕਸ਼ਨ ਲਾਇਆ ਸੀ, ਉੱਥੇ ਡਿਬੇਟ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਗੱਲ ਸੁਣੀ ਨਹੀਂ। ਫਿਰ ਅਸੀਂ ਰਿਵਾਈਜ਼ਿੰਗ ਕਮੇਟੀ ਕੋਲ ਗਏ ਉਹੀ ਫਿਲਮ ਨੂੰ ਲੈ ਕੇ। ਰਿਵਾਈਜ਼ਿੰਗ ਕਮੇਟੀ ਨੇ ਉਹ ਗੱਲ ਜਿਹੜੀ ਉਹਨਾਂ ਨੇ ਇਤਰਾਜ਼ ਕੀਤੇ ਸੀ ਉਹਨਾਂ ਨੂੰ ਐਜ਼ ਇਟ ਇਜ਼ ਕਿਹਾ ਕਿ ਨਹੀਂ ਇਤਰਾਜ਼ ਜਾਇਜ਼ ਹੈ। ਪਲੱਸ ਉਹਨਾਂ ਨੇ ਇਹ ਵੀ ਕਹਿਤਾ ਕਿ ਯਾਰ ਸਾਨੂੰ ਤੁਹਾਡੇ 'ਤੇ ਵੀ ਡਾਊਟ ਹੈ ਕਿ ਤੁਸੀਂ ਸ਼ਾਇਦ ਪ੍ਰੋ ਖਾਲਿਸਤਾਨ ਫਿਲਮ ਬਣਾਈ ਆ ਅਤੇ ਤੁਹਾਨੂੰ ਫੰਡਿੰਗ ਕਿਸੇ ਖਾਲਿਸਤਾਨੀ ਜਥੇਬੰਦੀਆਂ ਨੇ ਕੀਤੀ ਹੈ। ਇਹ ਨਾਲ ਉਹਨਾਂ ਨੇ ਸੈਂਸਰ ਬੋਰਡ ਨੇ ਜਿਹੜੇ ਓਬਜੈਕਸ਼ਨ ਕੇ ਇਹ ਵੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਅੱਛਾ, ਇਹ ਵਰਡਿੰਗ ਯੂਜ਼ ਕੀਤੀ ਵੀ ਇਹ ਖਾਲਿਸਤਾਨੀਆਂ ਦੀ ਫਿਲਮ ਹੈ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ, ਇਹ ਬੰਦਿਆਂ ਨੂੰ ਫੰਡ ਕਿੱਥੋਂ ਮਿਲੇ। ਮਤਲਬ ਇੱਕ ਤਰੀਕੇ ਨਾਲ ਸਾਨੂੰ ਉਹਨਾਂ ਨੇ ਪੂਰਾ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਬਹਿ ਜਾਓ ਇੱਥੇ ਚੁੱਪਚਾਪ। ਪਰ ਅਸੀਂ ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਸਲਾਹ ਲੈ ਕੇ ਚੱਲ ਰਹੇ ਸੀਗੇ ਡੇ 1 ਤੋਂ, ਜਿਵੇਂ ਹੀ ਮੈਂ ਸਕ੍ਰਿਪਟ ਲਿਖੀ ਸੀਗੀ ਅਤੇ ਸਭ ਤੋਂ ਪਹਿਲਾਂ ਐਡਵੋਕੇਟ ਅਮਰ ਸਿੰਘ ਚਾਹਲ ਹੋਣਾ ਕੋਲ ਮੈਂ ਸਕ੍ਰਿਪਟ ਲੈ ਕੇ ਗਿਆ। ਉਹਨਾਂ ਨੇ ਉਹ ਸਕ੍ਰਿਪਟ ਪੜ੍ਹੀ ਕਾਨੂੰਨੀ ਨਿਕਤਾ ਨਿਗਾਹ ਤੋਂ, ਉਹਨਾਂ ਨੇ ਦੱਸਿਆ ਵੀ ਇਹਦੇ 'ਚ ਆਹ ਚੀਜ਼ਾਂ ਚੇਂਜ ਕਰੋ। ਮੇਜਰ ਉਹਨਾਂ ਨੇ ਨਾਮ ਚੇਂਜ ਕਰਾ ਤੇ, ਜਿਹੜੀਆਂ ਮੇਜਰ ਘਟਨਾਵਾਂ ਸੀ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਮੋਡੀਫਾਈ ਕਰਤਾ ਤਾਂ ਕਿ ਇੱਕ ਫਿਕਸ਼ਨਲ ਕਹਾਣੀ ਬਣ ਜੇ। ਅਤੇ ਉਹਦੇ ਕਰਕੇ ਫਿਰ ਅਸੀਂ ਸੁਪਰੀਮ ਕੋਰਟ 'ਚ, ਜਿਵੇਂ ਤੁਸੀਂ ਦੱਸਿਆ, ਕੇਸ ਜਿੱਤੇ ਵੀ ਕਿ ਉਹ ਉਹਨਾਂ ਦੀ ਕਾਨੂੰਨੀ ਸਲਾਹ ਕਰਕੇ ਹੀ ਜਿੱਤੇ। 50-95 ਦੀ ਗੱਲ ਕਰੀਏ, ਭਾਈ ਜਸਵੰਤ ਸਿੰਘ ਖਾਲੜਾ ਮਹਾਨ ਸ਼ਖਸੀਅਤ ਜੋ ਲਵਾਰਿਸ ਲਾਸ਼ਾਂ ਦੇ ਵਾਰਿਸ ਬਣੇ ਪਰ ਬਾਅਦ ਦੇ ਵਿੱਚ ਖੁਦ ਜਿਹੜੇ ਨੇ ਉਹ ਗਾਇਬ ਹੋ ਗਏ, ਅੱਜ ਤੱਕ ਵੀ ਉਹਨਾਂ ਦਾ ਜਿਹੜਾ ਉਹ ਗਾਇਬ ਹੋਣਾ ਉਹ ਮਿਸਟਰੀ ਬਣਿਆ ਹੋਇਆ। ਉਸ ਫਿਲਮ ਦੇ ਉੱਤੇ 85 ਕੱਟ ਸੈਂਸਰ ਬੋਰਡ ਦੇ ਵੱਲੋਂ ਲਗਾਏ ਗਏ ਨੇ, 85 ਸੀਨ ਜਿਹੜੇ ਨੇ ਉਹਨਾਂ 'ਤੇ ਇਤਰਾਜ਼ ਜਤਾਇਆ ਗਿਆ। ਜਦੋਂ ਇੱਕ ਤੁਸੀਂ ਤਾਂ ਪ੍ਰੋਡਿਊਸਰ ਡਾਇਰੈਕਟਰ ਹੋ, ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਜਦੋਂ ਇੱਕ ਫਿਲਮ ਦੇ 85 ਸੀਨਾਂ 'ਤੇ ਇਤਰਾਜ਼ ਜਤਾਇਆ ਗਿਆ ਹੋਵੇ ਤਾਂ ਪਿੱਛੇ ਕਹਾਣੀ ਦਾ ਕੀ ਰਹਿੰਦਾ ਫਿਰ? ਹਾਂ ਦੇਖੋ ਨਾ, 85 ਜਿਹੜੇ ਕੱਟ ਉਹਨਾਂ ਨੇ ਲਾਏ ਆ ਉਹ ਇਹੀ ਨਿੱਕੀਆਂ ਨਿੱਕੀਆਂ ਗੱਲਾਂ, ਜਿੱਥੇ ਵੀ ਕੋਈ ਕੰਕਰੀਟ ਅਸਲੀ ਮੁੱਦੇ ਦੀ ਗੱਲ ਜਿਹੜੀ ਸਿਸਟਮ 'ਤੇ ਉਂਗਲ ਚੱਕਦੀ ਆ ਉਹਨਾਂ ਨੇ ਉਹ ਸਾਰੀਆਂ ਰਿਮੂਵ ਕਰਤੀਆਂ ਹੋਣਗੀਆਂ। ਮੈਂ ਤਾਂ ਹੈਰਾਨ ਹੈ ਕਿ ਦੇਖੋ ਉਹ ਜਿਹੜਾ 25,000 ਲਾਸ਼ਾਂ ਦਾ ਜਿਹੜਾ ਕਿ ਵਾਰਿਸ ਬਣੇ ਸੀਗੇ ਭਾਈ ਜਸਵੰਤ ਸਿੰਘ ਖਾਲੜਾ, 25,000 ਜਿਹੜੇ ਨੌਜਵਾਨ ਸੀ ਪੰਜਾਬ ਦੇ ਵਿੱਚੋਂ ਪੁਲਿਸ ਨੇ ਗਾਇਬ ਕਰਤੇ ਸੀ ਅਤੇ ਅੱਜ ਤੱਕ ਵੀ ਸਰਕਾਰ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਉਹ ਸੱਚ ਜਿਹੜਾ ਹੈ ਸਾਹਮਣੇ ਨਹੀਂ ਆਉਣਾ ਚਾਹੀਦਾ। ਮਤਲਬ ਗੌਰਮੈਂਟ ਦੀ ਸਾਈਕੀ ਨਹੀਂ ਬਦਲੀ, ਹੁਣ ਵੀ ਜੇ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਆ ਅੱਜ ਦੀ ਸਰਕਾਰ ਵੀ, ਉਸ ਵੇਲੇ ਕਾਂਗਰਸ ਸਰਕਾਰ ਸੀ, ਇਸ ਵੇਲੇ ਬੀਜੇਪੀ ਸਰਕਾਰ ਬੈਠੀ ਆ, ਮਤਲਬ ਜਿਹੜਾ ਹਾਕਮ ਹੈ ਉਹਦੀ ਮੈਂਟੈਲਿਟੀ ਸੇਮ ਹੀ ਹੈ। ਸੋ ਮਤਲਬ ਜੇ ਤੁਸੀਂ ਆਪਣੇ ਲੋਕਤੰਤਰ ਨੂੰ ਨੈਕਸਟ ਲੈਵਲ 'ਤੇ ਲੈ ਕੇ ਜਾਣਾ, ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੰਨਣਾ ਚਾਹੀਦਾ ਯਾਰ ਬੀਤੇ 'ਚ ਸਾਡੇ ਕੋਲ ਗਲਤੀਆਂ ਹੋਈਆਂ, ਅਸੀਂ ਆਪਣੇ ਹੀ ਨਾਗਰਿਕਾਂ ਨੂੰ ਘਰਾਂ 'ਚੋਂ ਚੱਕ ਚੱਕ ਕੇ ਜਾਇਜ਼ ਨਜਾਇਜ਼ ਮਾਰ ਕੇ ਮੁਕਾਬਲੇ ਬਣਾ ਤੇ, ਅਣਪਛਾਤਾ ਮਾਰਿਆ ਗਿਆ, ਕੁਛ ਪੈਠੀਆ ਮਾਰਿਆ ਗਿਆ, ਇਹੋ ਜਿਹੀਆਂ ਖਬਰਾਂ ਦੇ ਨਾਲ ਉਦੋਂ ਅਖਬਾਰਾਂ ਭਰੀਆਂ ਹੁੰਦੀਆਂ ਸੀਗੀਆਂ। ਪਰ ਪੁੱਤ ਕਿੰਨਾ ਦੇ ਸੀਗੇ, ਇਹੀ ਪੰਜਾਬ ਦੀਆਂ ਮਾਵਾਂ ਅੱਜ ਤੱਕ ਵੀ ਲੱਭਦੀਆਂ ਨੇ। ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਗੱਲ ਕੀਤੀ, ਕਿੱਡੀ ਵੱਡੀ ਸ਼ਖਸੀਅਤ ਸੀ ਉਹ, ਕੈਨੇਡਾ ਤੱਕ ਅਤੇ ਹੋਰ ਬਹੁਤ ਸਾਰੇ ਵਿਦੇਸ਼ਾਂ 'ਚ ਜਾ ਕੇ ਵੀ ਉਹਨਾਂ ਨੇ ਗੱਲ ਕੀਤੀ ਸੀ, ਮੁੱਦੇ ਚੁੱਕੇ ਉਹਨਾਂ ਨੇ, ਅਤੇ ਉਹਨਾਂ ਦੀ ਲਾਸ਼ ਨਹੀਂ ਮਿਲੀ ਅੱਜ ਤੱਕ। ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ? ਚਲੋ ਉਦੋਂ ਜੋ ਹੋਇਆ ਹੋਇਆ ਮੰਨ ਲਿਆ ਕਿ ਇੱਕ ਦੌਰ ਸੀ, ਅੱਜ ਕੀ ਪ੍ਰੋਬਲਮ ਹੈ? ਹੁਣ ਤਾਂ ਸੱਚਾਈ ਨੂੰ ਸਾਹਮਣੇ ਆਉਣ ਦਿਓ ਨਾ। ਪਰ ਨਹੀਂ, ਗੱਲ ਇਹੀ ਹੈ ਜਿਹੜੀ ਮੈਂ ਸ਼ੁਰੂ 'ਚ ਕੀਤੀ ਹੈ ਕਿ ਪੱਗਾਂ ਵਾਲਿਆਂ ਦਾ ਜਿੱਥੇ ਜਿੱਥੇ ਦਰਦ ਬਿਆਨ ਕਰਦੀ ਹੋਈ ਕੋਈ ਗੱਲ ਹੈ ਉਹ ਨਹੀਂ ਸਾਹਮਣੇ ਆਉਣੀ ਚਾਹੀਦੀ। ਸਾਨੂੰ ਨਚਾਰ ਦਿਖਾ ਦਿਓ, ਆ ਜਿਹੜਾ ਸੱਭਿਆਚਾਰਕ ਪ੍ਰਦੂਸ਼ਣ ਫੈਲਾਉਣ ਵਾਲਾ ਚਮਕੀਲਾ ਸੀਗਾ ਉਹਦੇ 'ਤੇ ਫਿਲਮ ਬਣਦੀ ਆ, ਸੈਲੀਬ੍ਰੇਟ ਕੀਤੀ ਜਾਂਦੀ ਆ, ਪੂਰੇ ਇੰਡੀਆ ਵੱਲੋਂ ਸੈਲੀਬ੍ਰੇਟ ਕੀਤੀ ਜਾਂਦੀ ਹੈ।
ਜਿਹਨੇ ਗੰਦ ਪਾਇਆ ਸੀ ਉਸ ਵੇਲੇ ਘਰਾਂ ਦੇ ਵਿੱਚ, ਕਿਹੋ ਜਿਹੇ ਉਹਦੇ ਗਾਣੇ ਆ ਜਿਹੜੇ ਤੁਸੀਂ ਅੱਜ ਵੀ ਨਹੀਂ ਸੁਣ ਸਕਦੇ, ਤੇ ਉਹਨੂੰ ਤੁਸੀਂ ਹੀਰੋ ਬਣਾ ਕੇ ਪੇਸ਼ ਕਰ ਰਹੇ ਹੋ, ਤੇ ਉਹੀ ਦਿਲਜੀਤ ਹੈ ਤੇ ਉਹੀ ਬਿਲਕੁਲ ਹੀਰੋ ਸੇਮ ਹੈ ਫਿਲਮ ਦਾ। ਸੈਂਸਰ ਬੋਰਡ ਕੰਮ ਕਿਵੇਂ ਕਰਦਾ, ਕਿੰਨੇ ਮੈਂਬਰ ਹੁੰਦੇ ਨੇ ਸੈਂਸਰ ਬੋਰਡ ਦੇ ਵਿੱਚ ਜਿਹੜੇ ਵਿਊ ਸਕਰੀਨਿੰਗ ਕਰਦੇ ਨੇ ਫਿਲਮ ਦੀ? ਮੇਰੇ ਖਿਆਲ ਨਾਲ ਜਦੋਂ ਮੈਂ ਸੀਗਾ ਉਦੋਂ 6-7 ਮੈਂਬਰ ਹੁੰਦੇ ਸੀਗੇ, ਅਤੇ ਉਹਨਾਂ ਦੇ ਵਿੱਚ ਮੋਸਟਲੀ ਜਿਹੜੇ ਸੀਗੇ ਰੈਗੂਲਰ ਮੈਂਬਰ ਹੁੰਦੇ ਸੀ, ਅਤੇ ਇੱਕ ਅੱਧਾ ਉਹ ਸਪੈਸ਼ਲ ਮੈਂਬਰ ਕਾਲ ਕਰਦੇ ਹੁੰਦੇ ਸੀ। ਜਿਵੇਂ ਮੇਰੀ ਵਾਰੀ ਉਹਨਾਂ ਨੇ ਇੱਕ ਸਰਦਾਰ ਬੰਦਾ ਉੱਥੋਂ ਬੁਲਾਇਆ ਹੋਇਆ ਸੀ, ਮੈਨੂੰ ਨਾਮ ਵੀ ਉਹਨਾਂ ਦਾ ਯਾਦ ਹੈ ਪਰ ਮੈਂ ਲੈਣਾ ਨਹੀਂ, ਉਹਨਾਂ ਨੂੰ ਦਿੱਲੀ ਤੋਂ ਬੁਲਾਇਆ ਸੀ ਕੋਈ ਸਰਦਾਰ ਜੀ ਇੱਕ, ਕਿ ਸਰਦਾਰ ਮੁੱਦੇ ਨਾਲ ਰਿਲੇਟਡ ਫਿਲਮ ਹੈ, ਪਰ ਉਹ ਸਰਦਾਰ ਜੀ ਨੂੰ ਵੀ ਉਨੀ ਸਮਝ ਸੀਗੀ ਜਾਂ ਉਹਨਾਂ ਦੀ ਕਮੇਟੀ ਵਿੱਚ ਚੱਲੀ ਨਹੀਂ, ਅਤੇ ਉਹ ਮੋਸਟਲੀ ਜਿਹੜੇ ਆ ਪੋਲੀਟੀਕਲ ਪਾਰਟੀਆਂ ਦੇ ਜਿਵੇਂ ਮੈਂ ਕਿਹਾ ਚਮਚੇ ਚੁਮਚੇ ਹੁੰਦੇ ਆ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਧਰੋਂ ਉੱਧਰੋਂ ਚੁਣੇ ਹੁੰਦੇ ਆ। ਕੋਈ ਬਾਹਲੀ ਵਕਾਰੀ ਸੰਸਥਾ ਨਹੀਂ ਲੱਗੀ ਮੈਨੂੰ ਸੈਂਸਰ ਬੋਰਡ, ਹੁਣ ਤੱਕ ਵੀ ਮੈਨੂੰ ਉਹਨਾਂ ਦੀ ਕੈਲੇਬਰ ਕੈਪੇਬਿਲਿਟੀ ਦੇ ਉੱਤੇ ਸ਼ੱਕ ਹੁੰਦਾ ਹੈ ਕਿ ਕਿਹੋ ਜਿਹੀਆਂ ਕਈ ਵਾਰ ਘਟੀਆ ਫਿਲਮਾਂ ਜਿਹੜੀਆਂ ਨੇ ਜਿਹੜੀਆਂ ਸਮਾਜ ਨੂੰ ਗੰਧਲਾ ਕਰ ਰਹੀਆਂ ਨੇ, ਪ੍ਰਦੂਸ਼ਣ ਫੈਲਾ ਰਹੀਆਂ ਸਮਾਜ ਵਿੱਚ, ਉਹੋ ਜਿਹੀਆਂ ਫਿਲਮਾਂ ਨੂੰ ਉਹ ਸਰਟੀਫਾਈ ਕਰ ਦਿੰਦੇ ਆ, ਅਤੇ ਜਿਹੜੀ ਫਿਲਮ ਹੈ ਕੋਈ ਇਤਿਹਾਸਿਕ ਫਿਲਮ ਹੈ, ਸੱਚ ਹੈ, ਬੀਤਿਆ ਵਾ, ਸਾਰੇ ਲੋਕ ਮੰਨਦੇ ਆ ਅੱਜ ਦੀ ਡੇਟ ਦੇ ਵਿੱਚ, ਸੁਪਰੀਮ ਕੋਰਟ ਆਫ ਇੰਡੀਆ ਵੀ ਮੰਨਦੀ ਆ, ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਦੇ ਪਿੱਛੇ ਕਾਤਲ ਸੀਗੇ ਉਹਨਾਂ ਨੂੰ ਵੀ ਸਜ਼ਾਵਾਂ ਮਿਲੀਆਂ, ਉਮਰ ਕੈਦ ਹੋਈ ਹੈ ਉਹਨਾਂ ਨੂੰ, 7-8 ਬੰਦੇ ਉਹਦੇ ਵਿੱਚ ਕੈਦੀ ਨੇ, ਅਤੇ ਫਿਰ ਵੀ ਤੁਸੀਂ ਉਹ ਸੱਚ ਨੂੰ ਸਾਹਮਣੇ ਨਹੀਂ ਆਉਣ ਦੇ ਰਹੇ। ਸੁਪਰੀਮ ਕੋਰਟ ਆਫ ਜਿਹੜੀ ਆ ਇੰਡੀਆ ਦੀ, ਉਹਦੇ ਹਿਸਾਬ ਨਾਲ ਤਾਂ ਮਤਲਬ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਤਲ ਕੀਤਾ ਗਿਆ ਅਤੇ ਉਹ ਸਜ਼ਾ ਤਾਂ ਹੀ ਦਿੱਤੀ ਨਾ, ਅਤੇ ਉਹ ਬਸ ਲੁਕਾਇਆ ਜਾ ਰਿਹਾ ਅਜੇ ਤੱਕ ਸੱਚ। 50-95 ਤੋਂ ਪਹਿਲਾਂ ਮੈਨੂੰ ਯਾਦ ਹੈ ਫਿਲਮ ਦਾ ਨਾਮ ਘੱਲੂਘਾਰਾ ਰੱਖਿਆ ਗਿਆ ਸੀ, ਜਦੋਂ ਪਹਿਲਾਂ ਫਿਲਮ ਪੇਸ਼ ਕੀਤੀ ਗਈ ਤਾਂ ਨਾਮ ਤੇ ਇਤਰਾਜ਼ ਜਤਾਇਆ ਗਿਆ ਕਿ ਘੱਲੂਘਾਰਾ ਨਾਮ ਕਿਉਂ ਰੱਖਿਆ ਗਿਆ। ਹੁਣ ਘੱਲੂਘਾਰਾ ਜਿਹੜਾ ਵਾ ਬੜਾ ਸਿੱਖ ਸਾਈਕੀ ਦੇ ਨਾਲ ਜੁੜਿਆ ਹੋਇਆ ਇੱਕ ਸ਼ਬਦ ਹੈ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਫਿਰ 84 ਵਿੱਚ ਜੋ ਕੁਛ ਸਿੱਖਾਂ ਨਾਲ ਹੋਇਆ ਉਹ ਵੀ ਇੱਕ 84 ਦਾ ਘੱਲੂਘਾਰਾ, ਅਤੇ ਉਸ ਤੋਂ ਬਾਅਦ ਜਿਹੜਾ ਕਾਣਕ ਹੋਇਆ ਉਹ ਵੀ ਇੱਕ ਘੱਲੂਘਾਰਾ, ਮਤਲਬ ਇੱਕ ਤਸ਼ੱਦਦ ਦਾ, ਇੱਕ ਜੈਨੋਸਾਈਡ ਕਹਿ ਲਓ ਉਹ ਦੌਰ, ਅਤੇ ਉਹ ਸਮਝਦੇ ਆ ਇਸ ਗੱਲ ਨੂੰ ਕਿ ਇਹ ਸ਼ਬਦ ਦੇ ਵਿੱਚ ਹੀ ਇੱਕ ਬੜਾ ਵੱਡਾ ਮੈਸੇਜ ਹੈ ਕਿ ਸਿੱਖਾਂ ਦਾ ਜਿਹੜਾ ਇੱਕ ਜੈਨੋਸਾਈਡ ਕੀਤਾ ਗਿਆ, ਇਹ ਸਿੱਖ ਜੈਨੋਸਾਈਡ ਦੀ ਗੱਲ ਕਰਦੀ ਹੋਈ ਫਿਲਮ ਹੈ, ਅਤੇ ਉਹ ਇਤਰਾਜ਼ ਇਸੇ ਕਰਕੇ ਕੀਤਾ ਉਹਨਾਂ ਨੇ। ਚਲੋ ਟਾਈਟਲ ਚੇਂਜ ਹੋ ਗਿਆ, ਹੁਣ ਸੀਨ ਤੇ ਇਤਰਾਜ਼ ਹੈ, 85 ਸੀਨ ਗਲਤ ਲੱਗਦੇ ਨੇ ਸੈਂਸਰ ਬੋਰਡ ਨੂੰ। ਸੋ ਅਸੀਂ ਜਦੋਂ ਫਿਲਮ ਦੇਖਦੇ ਹਾਂ ਕਈ ਵਾਰੀ ਥੀਏਟਰਸ ਦੇ ਵਿੱਚ ਨਾ, ਤੇ ਸਟਾਰਟਿੰਗ ਦੇ ਵਿੱਚ ਇੱਕ ਸਰਟੀਫਿਕੇਟ ਟਾਈਪ ਫੋਟੋ ਆਉਂਦੀ ਹੈ ਨਾ ਸਕਰੀਨ ਤੇ, ਉਹਦੇ ਉੱਤੇ ਲਿਖਿਆ ਹੁੰਦਾ ਏ ਔਰ ਯੂ ਸਰਟੀਫਿਕੇਟ, ਉਹ ਕੀ ਹੈ? ਹਾਂਜੀ, ਇਹਨਾਂ ਨੇ ਸੈਂਸਰ ਬੋਰਡ ਨੇ ਬੇਸਿਕਲੀ ਮੋਟੇ ਮੋਟੇ ਤੌਰ 'ਤੇ 3 ਕੈਟਾਗਰੀਜ਼ ਬਣਾਈਆਂ ਹੋਈਆਂ ਨੇ। ਪਹਿਲੀ ਕੈਟਾਗਰੀ ਹੈਗੀ ਆ ਯੂ ਸਰਟੀਫਿਕੇਟ ਦਿੰਦੇ ਆ, ਜਿਹੜੀਆਂ ਯੂਨੀਵਰਸਲੀ ਐਪਲੀਕੇਬਲ ਸਬਜੈਕਟ ਹੁੰਦਾ ਕਿ ਬੱਚੇ ਵੀ ਦੇਖ ਸਕਦੇ ਜਿਹਨੂੰ ਯੂ ਸਰਟੀਫਿਕੇਟ। ਦੂਸਰਾ ਦੇ ਦਿੰਦੇ ਆ ਯੂ ਏ, ਜਿਹਦੇ ਵਿੱਚ ਯੂਨੀਵਰਸਲ ਪਲੱਸ ਅਡਲਟ, ਯਾਨੀ ਬੱਚਾ ਆਪਣੇ ਪੇਰੈਂਟਸ ਦੇ ਨਾਲ ਦੇਖ ਸਕਦਾ। ਉਹ ਹਾਲੀਵੁੱਡ ਦੇ ਵਿੱਚ ਥੋੜ੍ਹੀ ਥੋੜ੍ਹੀਆਂ ਟਰਮਸ ਅਲੱਗ ਨੇ, ਉੱਥੇ ਪੀ ਜੀ ਹੁੰਦਾ ਕਿ ਪੇਰੈਂਟ ਗਾਈਡੈਂਸ ਵਿੱਚ ਦੇਖੋ, ਇੱਥੇ ਯੂ ਏ ਹੁੰਦਾ। ਸੋ ਅਡਲਟ ਸਰਟੀਫਿਕੇਟ ਆਈ ਥਿੰਕ ਯੂਨੀਵਰਸਲੀ ਸੇਮ ਹੈ, ਅਤੇ ਉਹ ਉਹੀ ਕਿ 18 ਸਾਲ ਦੇ ਉੱਪਰ। ਸੋ ਤੀਸਰਾ ਸਰਟੀਫਿਕੇਟ ਇਹ ਹੁੰਦਾ ਯੂ, ਯੂ ਏ ਅਤੇ ਏ। ਸੋ ਸਾਨੂੰ ਯੂ ਏ ਸਰਟੀਫਿਕੇਟ ਦਿੱਤਾ ਸੀ ਐਪਲੈਂਟ ਟ੍ਰਿਬਿਊਨਲ ਨੇ, ਜਦੋਂ ਅਸੀਂ ਸੈਂਸਰ ਦੇ ਨਾਲ ਲੜਾਈ ਕਰਦੇ ਕਰਦੇ ਦਿੱਲੀ ਦੇ ਐਪਲੈਂਟ ਟ੍ਰਿਬਿਊਨਲ ਕੋਲ ਪਹੁੰਚੇ ਸੀਗੇ, ਅਤੇ ਯੂ ਏ ਦਿੱਤਾ ਸੀ, ਪਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਫਿਰ ਸਾਡਾ ਉਹ ਸਰਟੀਫਿਕੇਟ ਏ 'ਚ ਕਨਵਰਟ ਕਰਤਾ ਸੀ। ਸੋ ਮੈਂ ਇਹੀ ਕਹਿੰਦਾ ਕਿ ਚਲੋ ਤੁਸੀਂ ਪੰਜਾਬ 1995 ਨੂੰ ਏ ਸਰਟੀਫਿਕੇਟ ਦਿਓ, ਕੋਈ ਸਰਟੀਫਿਕੇਟ ਤਾਂ ਦਿਓ ਨਾ ਦੁਨੀਆ ਦਾ, ਤੁਹਾਨੂੰ ਲੱਗਦਾ ਇਹ ਕੰਟੈਂਟ ਬੱਚਿਆਂ ਦੀ ਮਾਨਸਿਕਤਾ ਪ੍ਰਭਾਵਿਤ ਕਰ ਸਕਦਾ, ਅਤੇ ਤੁਸੀਂ ਅਡਲਟਸ ਨੂੰ ਦਿਓ, ਉਹ ਤਾਂ ਭਲਾ ਬੁਰਾ ਉਹਨਾਂ ਨੂੰ ਪਤਾ ਆਪਣਾ।
ਕਈ ਵਾਰੀ ਸੁਣਨ 'ਚ ਆਉਂਦਾ ਵੀ ਅਸ਼ਲੀਲ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਉਹ ਵੀ ਬੜਾ ਵੱਡਾ ਕਰੋੜਾਂ ਦਾ ਬਜਟ ਜਿਹੜਾ ਪਾਰ ਕਰ ਜਾਂਦੀਆਂ ਨੇ, ਬਹੁਤ ਦਰਸ਼ਕ ਉਹਨਾਂ ਨੂੰ ਦੇਖਦੇ ਨੇ, ਸਰਟੀਫਿਕੇਟ ਦਾ ਹੀ ਕਮਾਲ ਹੁੰਦਾ ਏ ਔਰ ਯੂ ਦਾ ਸ਼ਾਇਦ ਕੁਛ। ਹਾਲ ਹੀ ਦੇ ਵਿੱਚ ਇੱਕ ਹਿੰਦੀ ਫਿਲਮ ਆਈ ਸੀ, ਮੈਂ ਨਾਮ ਤਾਂ ਮੈਨਸ਼ਨ ਨਹੀਂ ਕਰਨਾ ਚਾਹੂੰਗੀ, ਬਟ ਫਿਲਮ ਬਹੁਤ ਜ਼ਿਆਦਾ ਚੱਲੀ ਸੀ। ਪਰ ਦੂਜੇ ਪਾਸੇ ਜੇ ਅਸੀਂ ਇਸ ਕੰਟੈਂਟ ਦੀ ਗੱਲ ਕਰੀਏ, ਸਿੱਖਿਜ਼ਮ ਦੇ ਕੰਟੈਂਟ ਦੀ ਗੱਲ ਕਰੀਏ, ਤਾਂ ਇਹਨੂੰ ਇਹ ਸਰਟੀਫਿਕੇਟ ਦੇਣਾ ਵੀ ਲਾਜ਼ਮੀ ਨਹੀਂ ਸਮਝਦੀ ਸੈਂਸਰ ਬੋਰਡ? ਹਾਂ ਹਾਂ ਬਿਲਕੁਲ ਬਿਲਕੁਲ, ਇਹ ਉਹੀ ਤੁਸੀਂ ਜਿਹੜੀ ਫਿਲਮ ਦੀ ਗੱਲ ਕਰਦੇ ਹੋ, ਚਲੋ ਤੁਸੀਂ ਨਹੀਂ ਨਾਂ ਲੈਂਦੇ ਮੈਂ ਲੈ ਲੈਣਾ ਐਨੀਮਲ, ਹੈ ਨਾ। ਦੇਖੋ ਉਹ ਕਿਹੋ ਜਿਹਾ ਕੰਟੈਂਟ ਸੀਗਾ, ਬੜੇ ਉਹਦੇ 'ਤੇ ਬਾਅਦ 'ਚ ਡਿਬੇਟ ਹੁੰਦੀ ਰਹੀ ਆ, ਹੁਣ ਤੱਕ ਵੀ ਡਿਬੇਟ ਹੁੰਦੀ ਆ, ਪਰ ਸੈਂਸਰ ਬੋਰਡ ਨੇ ਉਹਨੂੰ ਸਰਟੀਫਿਕੇਟ ਦਿੱਤਾ, ਫਿਲਮ ਚੱਲੀ। ਮੈਨੂੰ ਉਸ ਫਿਲਮ 'ਤੇ ਕੋਈ ਇਤਰਾਜ਼ ਨਹੀਂ ਵੀ ਠੀਕ ਹੈ, ਇੱਦਾਂ ਦੀਆਂ ਫਿਲਮਾਂ ਵੀ ਆਉਣੀਆਂ ਚਾਹੀਦੀਆਂ, ਠੀਕ ਹੈ, ਜਿਹੜੇ ਅਡਲਟਸ ਲੋਕਾਂ ਨੇ ਦੇਖਣੀਆਂ ਦੇਖਣ। ਸੋ ਇਹੋ ਜਿਹੀ ਫਿਲਮ ਦੇ ਉੱਤੇ ਕਿਉਂ ਰੋਕ? ਠੀਕ ਹੈ, ਜੇ ਉਦਾਂ ਦੀ ਫਿਲਮਾਂ ਆ ਸਕਦੀਆਂ ਤਾਂ ਫਿਰ ਇਦਾਂ ਦੀਆਂ ਕਿਉਂ? ਫਰੀਡਮ ਆਫ ਐਕਸਪ੍ਰੈਸ਼ਨ ਜਿਹੜੀ ਆ ਨਾ, ਅਸੀਂ ਸਾਰੀ ਲੜਾਈ ਜਿਹੜੀ ਲੜੀ ਸੀ ਇਸ ਮੁੱਦੇ ਦੇ ਉੱਤੇ ਲੜੀ ਸੀ ਕਿ ਸੰਵਿਧਾਨ ਸਾਨੂੰ ਫਰੀਡਮ ਆਫ ਐਕਸਪ੍ਰੈਸ਼ਨ ਦਾ ਇੱਕ ਰਾਈਟ ਦਿੰਦਾ, ਇਹ ਸਾਡਾ ਫੰਡਾਮੈਂਟਲ ਰਾਈਟ ਹੈ ਹਰ ਸਿਟੀਜਨ ਦਾ। ਪਰ ਫਰੀਡਮ ਆਫ ਐਕਸਪ੍ਰੈਸ਼ਨ ਦੇ ਵਰੀ ਜਦੋਂ ਸਿੱਖ ਕੋਈ ਫਰੀਡਮ ਆਫ ਐਕਸਪ੍ਰੈਸ਼ਨ ਦਿਖਾਉਂਦੇ ਆ, ਉੱਥੋਂ ਉਹਨਾਂ ਨੂੰ ਦੱਬ ਲਿਆ ਜਾਂਦਾ। ਮਤਲਬ ਇਹ ਫਿਰਕਾ ਪ੍ਰਸ਼ ਦੇਸ਼ ਆ, ਮੈਂ ਕਹੂੰਗਾ ਕਿ ਜਿਹੜਾ ਆਪਾਂ ਕਹਿੰਦੇ ਹਾਂ ਨਾ ਜੀ ਹਿੰਦੂ ਰਾਸ਼ਟਰ ਬਣ ਜਾ ਰਿਹਾ, ਬਣ ਨਹੀਂ ਜਾ ਰਿਹਾ, ਹਿੰਦੂ ਰਾਸ਼ਟਰ ਬਣ ਚੁੱਕਾ ਵਾ ਦੇਸ਼, ਕਿਉਂਕਿ ਕਸ਼ਮੀਰ ਫਾਈਲਸ ਹੈ, ਪੰਡਤਾਂ ਦੇ ਉੱਤੇ ਜ਼ੁਲਮ ਹੁੰਦਾ ਬੜਾ, ਉਹਨੂੰ ਸੈਲੀਬ੍ਰੇਟ ਕਰਕੇ ਦੁਨੀਆ ਨੂੰ ਦਿਖਾਇਆ ਜਾਂਦਾ, ਦੇਖੋ ਜੀ ਕਸ਼ਮੀਰੀ ਪੰਡਤਾਂ ਨਾਲ ਕੀ ਕੁਛ ਹੋਇਆ, ਬਹੁਤ ਚੀਜ਼ਾਂ ਗਲਤ ਲਾਈਟ ਵਿੱਚ ਵੀ ਦਿਖਾਈਆਂ ਜਿਹੜੀਆਂ ਕਸ਼ਮੀਰੀਆਂ ਦੀਆਂ ਉਹਦੇ ਵਿੱਚ। ਪਰ ਉਹ ਫਿਲਮ ਨੂੰ ਸਰਕਾਰ ਵੀ ਗੱਲ ਕਰਦੀ ਆ, ਪਾਰਲੀਮੈਂਟ 'ਚ ਵੀ ਉਹਦੀ ਗੱਲ ਹੁੰਦੀ ਆ, ਅਤੇ ਅੱਜ ਉਦੋਂ ਜੋ ਕੁਛ ਸਿੱਖਾਂ ਨਾਲ ਹੋਇਆ, ਜਦ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪੰਜਾਬ 95 ਦੇ ਵਿੱਚ, ਅਤੇ ਉਹ ਗੱਲ ਨੂੰ ਦੱਬ ਲਿਆ ਜਾਂਦਾ ਕਿ ਨਹੀਂ ਫਿਰਕੇ ਦਾ ਹੀ ਫਰਕ ਹੈ, ਧਰਮ ਦਾ ਹੀ ਫਰਕ ਹੈ, ਹੋਰ ਤਾਂ ਕੋਈ ਫਰਕ ਨਹੀਂ। ਸਾਡਾ ਹੱਕ ਬਾਰੇ ਦੱਸੋ ਕਿ ਕਿਸ ਤਰ੍ਹਾਂ ਮਤਲਬ ਤੁਸੀਂ ਸਟਰਗਲ ਕੀਤਾ ਉਸ ਫਿਲਮ ਨੂੰ ਥੀਏਟਰ ਤੱਕ ਪਹੁੰਚਾਉਣ ਦੇ ਲਈ, ਕਿਉਂਕਿ ਤੁਸੀਂ ਮੇਰੇ ਖਿਆਲ 6-7 ਮਹੀਨੇ ਦੀ ਲੰਬੀ ਕਾਨੂੰਨੀ ਲੜਾਈ ਲੜੀ ਸੀ, ਕਿਵੇਂ ਕਿੱਥੋਂ ਸ਼ੁਰੂਆਤ ਹੋਈ ਫਿਰ ਸੁਪਰੀਮ ਕੋਰਟ ਤੱਕ ਕਿਵੇਂ ਗਏ? ਹਾਂਜੀ, ਉਹ ਫਿਲਮ ਜਿਹੜੀ ਸੀ ਅਸੀਂ ਅਕਤੂਬਰ 2012 'ਚ ਰਿਲੀਜ਼ ਕਰਨੀ ਸੀਗੀ, ਅਤੇ ਉਹਦਾ ਜਦੋਂ ਲਾਸਟ ਮੂਮੈਂਟ 'ਤੇ ਉਹਨਾਂ ਨੇ ਸਰਟੀਫਿਕੇਟ ਰੋਕ ਲਿਆ, ਅਤੇ ਫਿਰ ਅਸੀਂ ਉਸ ਫਿਲਮ ਨੂੰ ਜਿਹੜਾ ਸੀਗਾ ਰਿਵਾਈਜ਼ਿੰਗ ਕਮੇਟੀ ਕੋਲ ਲੈ ਕੇ ਗਏ। ਸੈਂਸਰ ਬੋਰਡ ਦੀ ਪਹਿਲੀ ਕਮੇਟੀ ਹੁੰਦੀ ਆ, ਜੇ ਉਹ ਰਿਜੈਕਟ ਕਰ ਦਿੰਦੀ ਤੁਹਾਡੇ ਕੋਲ ਰਾਈਟ ਹੁੰਦਾ, ਤੁਸੀਂ ਰਿਵਾਈਜ਼ਿੰਗ ਕਮੇਟੀ ਕੋਲ ਲੈ ਜਾਓ। ਅਸੀਂ ਰਿਵਾਈਜ਼ਿੰਗ ਕਮੇਟੀ ਕੋਲ ਗਏ, ਜਿਵੇਂ ਮੈਂ ਦੱਸਿਆ ਰਿਵਾਈਜ਼ਿੰਗ ਕਮੇਟੀ ਨੇ ਰਿਜੈਕਟ ਹੀ ਨਹੀਂ ਕੀਤੀ, ਸਗੋਂ ਸਾਡੇ 'ਤੇ ਵੀ ਓਬਜੈਕਸ਼ਨ ਲਾਤੇ ਕਿ ਬੰਦਿਆਂ ਚੈੱਕ ਕਰੋ ਕੌਣ ਨੇ ਖਾਲਿਸਤਾਨੀ। ਸੋ ਰਿਵਾਈਜ਼ਿੰਗ ਕਮੇਟੀ ਤੋਂ ਬਾਅਦ ਅਸੀਂ ਫਿਰ ਉਹਨੂੰ ਦਿੱਲੀ ਦੇ ਐਪਲੈਨ ਟ੍ਰਿਬਿਊਨਲ ਕੋਲ ਲੈ ਕੇ ਚੱਲ ਗਏ। ਸੋ ਐਪਲੈਨ ਟ੍ਰਿਬਿਊਨਲ ਇੱਕ ਬੜੇ ਸੁਲਝੇ ਹੋਏ ਵਕੀਲਾਂ ਦੀ ਬੋਡੀ ਸੀਗੀ, ਜਿਹੜੇ ਕਾਨੂੰਨੀ ਨਿਕਤਾ ਨਿਗਾਹ ਤੋਂ ਬੜੇ ਮਾਹਿਰ ਬੰਦੇ ਆ। ਸੋ ਉਹਨਾਂ ਨੇ ਫਿਲਮ ਦੇਖੀ, ਉਹਨਾਂ ਨੂੰ ਲੱਗਾ ਇਹ 'ਚ ਕੁਝ ਵੀ ਗਲਤ ਨਹੀਂ ਆ, ਸਾਰਾ ਕੁਝ ਪੰਜਾਬ 'ਚ ਹੋਇਆ ਅਤੇ ਇਹਨਾਂ ਨੇ ਫਿਕਸ਼ਨਲ ਤਰੀਕੇ ਦੇ ਨਾਲ ਦਿਖਾਇਆ। ਸੈਂਸਰ ਬੋਰਡ ਦੇ ਮੈਂਬਰਾਂ ਨੂੰ ਉਹਨਾਂ ਨੇ ਸੰਮਨ ਕਰਕੇ ਬੁਲਾਇਆ ਉੱਥੇ ਵੀ, ਦੱਸੋ ਕੀ ਪ੍ਰੋਬਲਮ ਹੈ, ਉਹ ਕੁਛ ਦੱਸ ਹੀ ਨਹੀਂ ਪਾਏ, ਜਸਟੀਫਾਈ ਨਹੀਂ ਕਰ ਸਕੇ ਜਿਹੜੇ ਉਹਨਾਂ ਦੇ ਓਬਜੈਕਸ਼ਨ ਸੀਗੇ। ਉੱਪਰੋਂ SGPC ਨੇ ਸਾਡੀ ਸਪੋਰਟ ਕੀਤੀ ਉਸ ਵੇਲੇ, ਆਹ ਰਾਜ ਕਰੇਗਾ ਖਾਲਸਾ ਦਾ ਮੁੱਦਾ, ਅਸੀਂ SGPC ਦੇ ਸਾਹਮਣੇ ਲੈ ਕੇ ਗਏ, ਮੱਕੜ ਸਾਹਿਬ ਪ੍ਰਧਾਨ ਸੀਗੇ, ਉਹਨਾਂ ਨੇ ਸਾਨੂੰ ਲੈਟਰ ਦਿੱਤੀ ਰਿਕਮੈਂਡ ਕਰਦੀ ਹੋਈ ਵੀ ਆਹ ਗੱਲਾਂ ਦੇ ਉੱਤੇ ਜੇ ਸੈਂਸਰ ਓਬਜੈਕਸ਼ਨ ਕਰ ਰਿਹਾ ਤਾਂ ਫਿਰ ਸਾਨੂੰ ਸੋਚਣਾ ਪਊ, ਅਤੇ ਉਹ ਲੈਟਰ ਅਸੀਂ ਉੱਥੇ ਐਪਲੈਨ ਟ੍ਰਿਬਿਊਨਲ 'ਚ ਦਿੱਤੀ, ਉਹਨੇ ਸਾਡੀ ਹੈਲਪ ਕੀਤੀ ਅਤੇ ਐਪਲੈਨ ਟ੍ਰਿਬਿਊਨਲ ਨੇ ਫਿਰ ਸਾਨੂੰ UA ਸਰਟੀਫਿਕੇਟ ਦਿੱਤਾ। ਪਰ ਜਿਹੜੀ SGPC ਨੇ ਸਾਨੂੰ ਸਰਟੀਫਿਕੇਟ ਦਿਵਾਉਣ 'ਚ ਹੈਲਪ ਕੀਤੀ ਸੀ, ਉਹ SGPC ਬਾਦਲ ਸਾਹਿਬ ਦੇ ਅੰਡਰ ਸੀਗੀ, ਹੁਣ ਵੀ ਉਹਨਾਂ ਦੇ ਅੰਡਰ ਹੈ। ਬਾਦਲ ਸਾਹਿਬ ਸਾਡੀ ਫਿਲਮ ਦੇ ਉੱਤੇ ਬੈਨ ਕਰ ਰਹੇ ਨੇ, ਬਾਅਦ 'ਚ ਉਹਨਾਂ ਨੇ ਬੈਨ ਲਾਤਾ, ਸਰਟੀਫਿਕੇਟ ਹੋਇਆ ਸੀ। ਸਰਕਾਰ ਕੋਲ ਵੀ ਇੱਕ ਪਾਵਰ ਹੁੰਦੀ, ਸਟੇਟ ਗੌਰਮੈਂਟ ਕੋਲ ਵੀ, ਵੀ ਇਹ ਫਿਲਮ ਸਾਡਾ ਅਮਨ ਕਾਨੂੰਨ ਦੀ ਸਥਿਤੀ ਭੰਗ ਕਰ ਸਕਦੀ ਆ, ਉਹਨਾਂ ਨੇ ਉਹ ਗੱਲ ਦਾ ਬਹਾਨਾ ਬਣਾ ਕੇ ਸਾਡੀ ਫਿਲਮ ਨੂੰ ਬੈਨ ਕੀਤਾ। ਮੈਨੂੰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀਗੀ, ਉਸ ਵੇਲੇ ਇੱਕ ਸ਼ੂਟਰ ਫਿਲਮ ਆਈ ਸੀ ਸੁੱਖਾਂ ਕਾਲਵਾਂ ਦੀ ਲਾਈਫ 'ਤੇ, ਜੋ ਗੈਂਗਸਟਰ ਸੀਗੇ, ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਫਿਲਮ ਦੇ ਉੱਤੇ ਰੋਕ ਲਾਤੀ ਸੀ ਵੀ ਇਹ ਫਿਲਮ ਮਾਹੌਲ ਖਰਾਬ ਕਰ ਸਕਦੀ ਹੈ, ਇਸੇ ਤਰ੍ਹਾਂ ਹੁੰਦਾ? ਹਾਂ ਦੇਖੋ, ਜੇ ਤੁਸੀਂ, ਹਾਂ ਬਿਲਕੁਲ, ਉਹ ਮੈਂ ਦੇਖੋ
ਉਹ ਮੇਰੇ ਖਿਆਲ ਨਾਲ ਇੱਕ ਸਹੀ ਵਰਤੋਂ ਸੀਗੀ ਉਸ ਕਾਨੂੰਨ ਦੀ, ਕਿਉਂਕਿ ਤੁਸੀਂ ਇੱਕ ਗੈਂਗਸਟਰ ਨੂੰ ਜੇ ਗਲੋਰੀਫਾਈ ਕਰਦੇ ਹੋ ਤੇ ਪੰਜਾਬ ਦੇ ਮੁੰਡਿਆਂ ਦੇ ਵਿੱਚ ਇੱਕ ਗੈਂਗਸਟਰ ਨੂੰ ਲੈ ਕੇ ਜੇ ਤੁਸੀਂ ਉਹਦੀ ਗਲੋਰੀਫਿਕੇਸ਼ਨ ਹੋ ਰਹੀ ਹੈ ਤੇ ਉਹਨਾਂ ਨੂੰ ਵੀ ਜੀ ਕਰਦਾ ਅਸੀਂ ਗੈਂਗਸਟਰ ਬਣੀਏ, ਸਾਡੀ ਵੀ ਆਹ ਗੱਲਬਾਤ ਹੋਵੇ। ਤੇ ਜੇ ਤੁਸੀਂ ਆ ਪੰਜਾਬ ਦੇ ਹੀਰੋਜ਼ ਨੂੰ ਗਲੋਰੀਫਾਈ ਕਰਦੇ ਹੋ, ਜਿਵੇਂ ਹੁਣ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਸੱਚ ਲਈ ਅੜੇ ਹਨਾ ਤੇ ਖੜੇ ਹੋਏ, ਉਸ ਵੇਲੇ ਖੜੇ ਹੋਏ ਸਿੱਧੇ, ਮਤਲਬ KPS ਗਿੱਲ ਵਰਗੇ ਲੋਕ ਜਿਨ੍ਹਾਂ ਨੇ ਬੁੱਚੜਾਂ ਨੇ ਉਹਨਾਂ ਨੂੰ ਸ਼ਹੀਦ ਕਰਵਾਇਆ ਬਾਅਦ 'ਚ, ਤੇ ਉਹ ਬੰਦੇ ਦਾ ਸਟੈਂਡ ਤੇ ਉਹ ਅੱਜ ਆਪਾਂ ਦੇਖਦੇ ਹਾਂ। ਸਾਡੇ ਉੱਥੇ ਅਜਾਇਬ ਘਰ 'ਚ ਉਹਨਾਂ ਦੀ ਫੋਟੋ ਵੀ ਲੱਗੀ ਹੈ। ਹਿਊਮਨ ਰਾਈਟਸ ਡੇ ਮਨਾਇਆ ਜਾਂਦਾ ਉਹਨਾਂ ਦੇ ਦਿਨ ਨਾਮ ਦੇ ਉੱਤੇ, ਤੇ ਉਹ ਬੰਦਿਆਂ ਨੂੰ ਗਲੋਰੀਫਾਈ ਕਰਨਾ ਚਾਹੀਦਾ, ਉਹਨਾਂ ਬੰਦਿਆਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਉਹਨਾਂ ਬੰਦਿਆਂ ਦੀ ਜੀਵਨ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ। ਤੁਸੀਂ ਸਾਡਾ ਹੱਕ ਦੇ ਪ੍ਰੋਡਿਊਸਰ ਵੀ ਸੀਗੇ, ਐਕਟਰ ਵੀ ਸੀ। ਅੱਛਾ, ਮੈਨੂੰ ਇੱਕ ਗੱਲ ਦੱਸੋ, ਰਾਈਟਰ ਵੀ ਸੀ ਤੇ ਇੱਕ ਗੱਲ ਦੱਸੋ ਮੈਨੂੰ, ਫਿਰ ਤੁਹਾਡੇ ਅਕਾਊਂਟ ਤਾਂ ਨਹੀਂ ਚੈੱਕ ਹੋਏ ਵਿਦੇਸ਼ੀ ਫੰਡਿੰਗ ਵਾਲੇ ਵੀ? ਵਿਦੇਸ਼ੀ ਫੰਡਿੰਗ ਹੋਏ, ਬਿਲਕੁਲ ਹੋਏ, ਐਵੇਂ ਥੋੜ੍ਹੀ ਉਹਨਾਂ ਨੇ ਕਰਤਾ ਕਿਤੇ ਹੋਏ। ਸਾਡਾ ਬਚਾਅ ਇਸ ਕਰਕੇ ਹੋ ਗਿਆ, ਸੁਪਰੀਮ ਕੋਰਟ ਦੇ ਵਿੱਚ ਵੀ ਇਹ ਗੱਲ ਉੱਠੀ ਵਿਰੋਧੀ ਧਿਰ ਵੱਲੋਂ, ਉਹਨਾਂ ਨੂੰ ਰਿਪ੍ਰਜੈਂਟ ਕਰ ਰਹੇ ਸੀਗੇ ਜਿਹੜੇ ਵੀ ਐਡਵੋਕੇਟ ਜਰਨਲ ਸੀਗੇ ਪੰਜਾਬ ਦੇ ਵੀ, ਦਿੱਲੀ ਦੇ ਵੀ, ਹਰਿਆਣਾ, 4-5 ਐਡਵੋਕੇਟ ਜਰਨਲ ਸੀਗੇ ਵੱਖ ਵੱਖ ਸਰਕਾਰਾਂ ਦੇ ਉੱਥੇ। ਤੇ ਉਹਨਾਂ ਨੇ ਉੱਥੇ ਸਾਡੀ, ਉਸ ਤੋਂ ਪਹਿਲਾਂ ਅਸੀਂ ਇੱਕ ਫਿਲਮ ਬਣਾਈ ਸੀਗੀ ਮਿੰਨੀ ਪੰਜਾਬ, ਤੇ ਅਸੀਂ ਇੱਕ ਰੈਗੂਲਰ ਪ੍ਰੋਡਿਊਸਰ ਸੀਗੇ 2008 ਤੋਂ ਫਿਲਮਾਂ, ਚਾਹੇ ਇੱਕ ਫਿਲਮ ਹੀ ਬਣਾਈ ਸੀ ਉਸ ਤੋਂ ਪਹਿਲਾਂ ਮਿੰਨੀ ਪੰਜਾਬ, ਪਰ ਫਿਲਮ ਬਣਾਈ ਸੀ। ਉਹ ਟਰੈਕ ਰਿਕਾਰਡ ਨੇ, ਇੱਕ ਹਿਸਟਰੀ ਨੇ ਸਾਡੀ ਹੈਲਪ ਕੀਤੀ ਕਿ ਬੰਦੇ ਅਚਾਨਕ ਹੀ ਉੱਠ ਕੇ ਨਹੀਂ ਆ ਗਏ, ਇਹ ਹੈਗੇ ਨੇ ਇਸ ਲਾਈਨ ਦੇ ਵਿੱਚ। ਸੋ ਹੋਰ ਬਾਕੀ ਕਈ ਚੀਜ਼ਾਂ ਸੀਗੀਆਂ ਜਿਹੜੀਆਂ, ਜਿਵੇਂ ਅਕਾਊਂਟਸ ਦੀ ਛਾਣਬੀਣ ਹੋਈ, ਸਾਰਾ ਕੁਛ ਹੋਇਆ, ਉਹ ਚੀਜ਼ਾਂ ਤੋਂ ਬਾਅਦ ਹੀ ਉਹਨਾਂ ਨੇ ਸਾਨੂੰ ਅਲਾਓ ਕੀਤਾ। ਜਿਸ ਤਰ੍ਹਾਂ ਤੁਸੀਂ ਪਹਿਲਾਂ ਸੈਂਸਰ ਬੋਰਡ ਗਏ, ਫਿਰ ਸਕਰੀਨਿੰਗ ਕਮੇਟੀ ਕੋਈ ਉਹਦੇ ਕੋਲ ਗਏ, ਫਿਰ ਸੁਪਰੀਮ ਕੋਰਟ ਗਏ, ਪੰਜਾਬ 95 ਫਿਲਮ ਦੇ ਪ੍ਰੋਡਿਊਸਰਸ ਔਰ ਟੀਮ ਦੇ ਕੋਲ ਕਿਹੜੇ ਕਿਹੜੇ ਵਿਕਲਪ ਨੇ ਸੈਂਸਰ ਬੋਰਡ ਤੋਂ ਬਾਅਦ ਕਿ ਉਹ ਆਪਣੀ ਫਿਲਮ ਨੂੰ ਅਪਰੂਵ ਕਰਾ ਕੇ ਥੀਏਟਰਸ ਦੇ ਵਿੱਚ ਰਿਲੀਜ਼ ਕਰ ਸਕਣ? ਮੇਰੇ ਖਿਆਲ ਨਾਲ ਬਿਲਕੁਲ ਉਹਨਾਂ ਨੂੰ ਕਾਨੂੰਨੀ ਲੜਾਈ ਲੜਨੀ ਚਾਹੀਦੀ ਆ, ਡਟ ਕੇ ਲੜਨੀ ਚਾਹੀਦੀ ਆ, ਅਤੇ ਆਪਣਾ ਜਿਵੇਂ SGPC ਵਰਗੀ ਸੰਸਥਾ ਹੈ ਜਾਂ ਹੋਰ ਸਿੱਖ ਸੰਸਥਾਵਾਂ ਨੇ, ਉਹਨਾਂ ਨੂੰ ਉਹਨਾਂ ਦੀ ਸਪੋਰਟ ਦੇਣ ਲਈ ਆਉਣਾ ਚਾਹੀਦਾ। ਜਿਹੜਾ ਤਾਂ ਐਪਲੈਂਟ ਟ੍ਰਿਬਿਊਨਲ ਸੀਗਾ, ਉਹਨੂੰ ਤਾਂ ਮੋਦੀ ਗਵਰਨਮੈਂਟ ਨੇ ਭੰਗ ਕਰਤਾ ਪਿੱਛੇ ਜੇ, ਜਿਹਨੂੰ ਥੋੜ੍ਹਾ ਬਹੁਤਾ ਰੌਲਾ ਵੀ ਪਿਆ ਸੀਗਾ, ਮੈਂ ਵੀ ਉਦੋਂ ਸਟੇਟਮੈਂਟ ਦਿੱਤੀ ਸੀਗੀ, ਅਤੇ ਪਰ ਭੰਗ ਕਰਤਾ। ਫਰੀਡਮ ਆਫ ਐਕਸਪ੍ਰੈਸ਼ਨ ਜਿਹੜਾ ਵਾ, ਆਜ਼ਾਦੀ ਦਾ ਜਿਹੜਾ ਐਕਸਪ੍ਰੈਸ ਕਰਨ ਦਾ ਅਧਿਕਾਰ ਹੈ, ਉਹਨੂੰ ਕੁਚਲਿਆ ਤਾਂ ਜਾ ਰਿਹਾ, ਦਿਨੋ ਦਿਨ ਥੱਲੇ ਨੂੰ ਜਾ ਰਿਹਾ, ਸਾਡਾ ਇੰਡੈਕਸ ਵਿੱਚ ਵੀ ਡੈਮੋਕ੍ਰੇਸੀ ਥੱਲੇ ਜਾ ਰਹੀ ਹੈ। ਪਰ ਫਿਰ ਵੀ ਜਿੰਨਾ ਵੀ ਲੜ ਹੁੰਦਾ ਉਹਨਾਂ ਕੋਲੋਂ ਕਿ ਸੈਂਸਰ ਨੇ ਕੀਤਾ, ਰਿਵਾਈਜ਼ਿੰਗ ਕਮੇਟੀ ਕੋਲ ਜਾਣ, ਰਿਵਾਈਜ਼ਿੰਗ ਕਮੇਟੀ ਨਹੀਂ ਜਾਂਦੀ ਫਿਰ ਕੋਰਟ 'ਚ ਜਾਣ, ਅਤੇ ਮੇਰੇ ਖਿਆਲ ਨਾਲ ਲੜਾਈ ਲੜਨੀ ਚਾਹੀਦੀ। ਸੈਂਸਰ ਬੋਰਡ ਦੇ ਵਿੱਚ ਪੰਜਾਬੀ ਜਿਹੜੇ ਮੈਂਬਰਸ ਨੇ ਉਹ ਹੋਣੇ ਚਾਹੀਦੇ ਨੇ, ਜ਼ਰੂਰੀ ਹੈ ਇਹ? ਕਿ ਤੁਹਾਨੂੰ ਲੱਗਦਾ ਕਿ ਪੰਜਾਬੀ ਇਨਸਾਫ ਕਰ ਪਾਉਣਗੇ ਇੱਦਾਂ ਦੀ ਫਿਲਮਾਂ ਨਾਲ? ਹਾਂ, ਨਹੀਂ, ਪੰਜਾਬ ਦੇ ਹੋਣੇ ਚਾਹੀਦੇ ਆ, ਪੰਜਾਬ ਦਾ ਮੇਰੇ ਖਿਆਲ ਨਾਲ ਪੰਜਾਬੀ ਫਿਲਮਾਂ ਦਾ ਸੈਂਸਰ ਬੋਰਡ ਹੀ ਅਲੱਗ ਹੋਣਾ ਚਾਹੀਦਾ, ਅਤੇ ਆਪਣੇ CM ਪੰਜਾਬ ਨੂੰ ਵਿੱਚ ਇੰਟਰਫੇਅਰ ਕਰਨਾ ਚਾਹੀਦਾ। ਦੇਖੋ, ਜਿਹੜਾ ਭਾਰਤ ਦੇਸ਼ ਹੈ, ਵਿਭਿੰਨਤਾਵਾਂ ਦਾ ਦੇਸ਼ ਹੈ, ਹਰ ਇੱਕ ਸੂਬੇ ਦਾ ਆਪਣਾ ਕਲਚਰ ਹੈ, ਆਪਣੀ ਬੋਲੀ ਆ, ਆਪਣਾ ਇਤਿਹਾਸ ਹੈ, ਉਹ ਸਾਨੂੰ ਜ਼ਿਆਦਾ ਪਤਾ ਹੈ। ਉੱਥੇ ਬੰਬੇ 'ਚ ਬੈਠੇ ਜਿਹਦੇ 'ਚ ਕੋਈ ਮਰਾਠੀ ਆ, ਕੋਈ ਤਾਮਿਲ ਦਾ ਬੰਦਾ, ਕੋਈ ਇੱਧਰ ਉੱਧਰਲੇ ਸਟੇਟਾਂ ਦੇ ਬੰਦੇ ਨੇ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਸਾਡੀ ਸੈਂਸੀਬਿਲਟੀ ਦਾ, ਸਾਡੇ ਇਤਿਹਾਸ ਦਾ, ਹੈ ਨਾ, ਉਹ ਬੰਦੇ ਸਾਨੂੰ ਕੀ ਸੈਂਸਰ ਸਰਟੀਫਿਕੇਟ ਦੇਣਗੇ ਜਾਂ ਸਾਨੂੰ ਕੀ ਜੱਜ ਕਰਨਗੇ? ਸੈਂਸਰ ਦਾ ਮਤਲਬ ਹੁੰਦਾ ਜੱਜ ਕਰਨਾ ਕਿਸੇ ਕੰਟੈਂਟ ਨੂੰ। ਉਹ ਕਈ ਵਾਰ ਇਹੋ ਜਿਹੀਆਂ ਹਾਸੋਹੀਣ ਇਹੋ ਜਿਹੇ ਓਬਜੈਕਸ਼ਨ ਲਾ ਦਿੰਦੇ ਆ। ਐਂਟਰਟੇਨਮੈਂਟ ਵਾਲੀਆਂ ਫਿਲਮਾਂ 'ਤੇ ਵੀ ਮੇਰੇ ਦੋਸਤ ਮਿੱਤਰ ਕਈ ਪ੍ਰੋਡਿਊਸਰ ਨੇ, ਉਹ ਹੱਸਦੇ ਹੁੰਦੇ ਕਿ ਯਾਰ ਇਸ ਗੱਲ ਦੇ ਉੱਤੇ ਵੀ ਉਹਨਾਂ ਨੂੰ ਓਬਜੈਕਸ਼ਨ ਲਾ ਲਿਆ ਵੀ ਪੰਜਾਬ ਦੇ ਵਿੱਚ
ਇਹੋ ਜਿਹੀਆਂ ਗੱਲਾਂ ਬੜੀਆਂ ਜਿਹੜੀਆਂ ਕਾਮਨ ਜੀਆਂ ਗੱਲਾਂ ਨੇ ਉਹਨਾਂ ਨੂੰ ਸਮਝ ਨਹੀਂ ਆਊਗੀ ਅਤੇ ਉੱਤੇ ਓਬਜੈਕਸ਼ਨ ਲਾ ਦੇਣਗੇ। ਸੋ 100% ਤੁਹਾਡੀ ਗੱਲ ਨਾਲ ਮੈਂ ਸਹਿਮਤ ਹੈ ਕਿ ਆਪਣਾ ਸੈਂਸਰ ਬੋਰਡ ਹੋਣਾ ਚਾਹੀਦਾ ਅਤੇ ਪੰਜਾਬ ਗਵਰਨਮੈਂਟ ਨੂੰ ਇਹਦੇ ਲਈ ਸਟੈਪ ਲੈਣਾ ਚਾਹੀਦਾ। ਸੁਣਨ 'ਚ ਤਾਂ ਇਹ ਵੀ ਆਉਂਦਾ ਕੁਲਜਿੰਦਰ ਜੀ ਕਿ ਸੈਂਸਰ ਬੋਰਡ ਦੇ ਵਿੱਚ ਸਾਰੇ ਅਣਜਾਣ ਨੇ, ਹੈ ਨਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਉੱਥੇ ਆਪਣਾ ਕੋਈ ਬੰਦਾ ਹੈ ਨਹੀਂ, ਸਮਝਣ ਵਾਲਾ ਹੈ ਨਹੀਂ, ਅਤੇ ਕਈ ਇੱਥੇ ਬੈਠੇ ਸੈਂਸਰ ਬੋਰਡ ਦੀ ਟੀਮ ਨੂੰ ਫੋਨ ਕਰਦੇ ਨੇ ਵੀ ਆਹ ਫਿਲਮ ਆਉਣ ਵਾਲੀ ਹੈ, ਇੱਥੇ ਇਹਦੇ ਵਿੱਚ ਆਹ ਕੰਟਰੋਵਰਸੀ ਹੈ, ਇਸ ਕੰਟੈਂਟ 'ਤੇ ਬਣੀ ਹੈ, ਇਹ ਕੰਸੈਪਟ ਹੈ, ਇਹ ਸੈਂਸਿਟਿਵ ਆ, ਇਹਦੇ 'ਤੇ ਵਿਵਾਦ ਖੜ੍ਹਾ ਹੋ ਸਕਦਾ, ਇਹਨੂੰ ਰੋਕ ਲਓ, ਐਵੇਂ ਹੁੰਦਾ? ਹਾਂ, ਹੁੰਦਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿਉਂਕਿ ਸੈਂਸਰ ਬੋਰਡ ਦੇ ਵਿੱਚ ਕਰਪਸ਼ਨ ਵੀ ਚੱਲਦੀ ਆ। ਬਹੁਤ ਵਾਰੀ ਇੱਦਾਂ ਹੁੰਦਾ ਕਿ ਮੇਰੀ ਫਿਲਮ ਹੈ, ਆਮ ਫਿਲਮ ਹੈ, ਕਮਰਸ਼ੀਅਲ ਫਿਲਮ ਦੀ ਮੈਂ ਗੱਲ ਕਰ ਰਿਹਾ ਕਿ ਮੇਰੀ ਫਿਲਮ ਹੈ ਆ ਫਰਾਈਡੇ ਨੂੰ ਰਿਲੀਜ਼ ਹੋਣੀ ਆ, ਆ ਕਮਿੰਗ ਫਰਾਈਡੇ ਨੂੰ, ਮੈਂ ਅੱਜ ਫਿਲਮ ਲੈ ਕੇ ਉਹਨਾਂ ਕੋਲ ਪਹੁੰਚਿਆ ਅਤੇ ਮੈਂ ਉਹਨਾਂ ਨੂੰ ਅੰਡਰ ਦੀ ਟੇਬਲ ਪੈਸੇ ਦਿੱਤੇ ਵੀ ਇਹਨੂੰ ਫਟਾਫਟ ਦੇਖ ਕੇ ਅਤੇ ਦਵਾ ਦਵਾ ਸਰਟੀਫਿਕੇਟ ਦਿਓ, ਮੇਰੀ ਫਿਲਮ ਅਗਲੇ ਫਰਾਈਡੇ ਰਿਲੀਜ਼ ਹੋਣੀ ਆ, ਅਤੇ ਉਹ ਬਾਕੀ ਫਿਲਮਾਂ ਨੂੰ ਸਕਰੀਨਿੰਗ ਹੋਲਡ 'ਤੇ ਪਾ ਕੇ ਇਹਨੂੰ ਪਹਿਲਾਂ ਦੇਖ ਕੇ ਸਰਟੀਫਿਕੇਟ ਦੇ ਦਿੰਦੇ। ਇਸ ਲੈਵਲ ਦੇ ਕੰਮ ਹੁੰਦੇ ਆ। ਸੈਂਸਰ ਬੋਰਡ ਦੇ ਵਿੱਚ ਕਰਪਸ਼ਨ ਵੀ ਚੱਲਦੀ ਆ, ਅਤੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਕਿਸੇ ਦਾ ਫੋਨ ਚੱਲ ਗਿਆ, ਕਿਸੇ ਦੀ ਲੈਟਰ ਚੱਲ ਗਈ, ਦੋ ਪ੍ਰੋਡਿਊਸਰਸ ਦੀ ਆਪਸ ਦੇ ਵਿੱਚ ਨਹੀਂ ਬਣਦੀ, ਇਹ ਵੀ ਹੋ ਸਕਦਾ ਜੇ ਉੱਥੇ ਲਿੰਕ ਹੈ ਤੁਹਾਡਾ। ਮੰਨ ਲਓ ਹੁਣ ਸੈਂਸਰ ਬੋਰਡ ਦੇ ਵਿੱਚ ਮੈਂ ਰੈਗੂਲਰ ਪ੍ਰੋਡਿਊਸਰ ਹਾਂ, ਮੈਂ ਆ ਜਾ ਰਿਹਾ, ਮੈਨੂੰ ਪਤਾ ਸੈਂਸਰ ਬੋਰਡ ਦੇ ਆਹ ਮੈਂਬਰ ਹੈ, ਕਿਸੇ ਨਾਲ ਮੇਰੀ ਬਣਦੀ ਉੱਠਦੀ ਹੈ, ਉਹਨੂੰ ਮੈਂ ਦਾਰੂ ਦੇ ਦਿਓ ਪੈਗ ਲਵਾ ਕੇ ਕਹਿਤਾ ਵੀ ਯਾਰ ਉਹਨੂੰ ਥੋੜ੍ਹਾ ਇੰਨਾ ਸਸਤਾ ਦਾਰੂ ਦੇ ਪੈਗ ਦੇ ਬਦਲੀ ਹੋ ਜਾਂਦਾ, ਬਹੁਤ ਕੁਝ ਹੋ ਜਾਂਦਾ। ਠੀਕ ਹੈ, ਨਵਾਂ ਭਾਰਤ ਹੈ। ਠੀਕ ਹੈ, ਮੈਂ ਸੁਣਿਆ ਤੁਹਾਡੀ ਭਾਈ ਜਸਵੰਤ ਸਿੰਘ ਖਾਲੜਾ ਨਾਲ ਮੁਲਾਕਾਤ ਵੀ ਹੋਈ ਸੀ। ਹਾਂਜੀ ਹਾਂਜੀ, ਕੀ ਮੁਲਾਕਾਤ ਕਿਵੇਂ ਹੋਈ ਸੀ, ਕੀ ਗੱਲਬਾਤ ਹੋਈ ਸੀ? ਭਾਈ ਸਾਹਿਬ, ਉਹਨਾਂ ਦਾ ਅਸੀਂ ਇੱਕ ਸਨਮਾਨ ਸਮਾਰੋਹ ਰੱਖਿਆ ਸੀਗਾ। ਅਸੀਂ ਉਦੋਂ ਗੋਬਿੰਦ ਨਗਰ, ਜਿਹੜਾ ਉਹਦਾ ਚੌੜਾ ਬਾਜ਼ਾਰ ਹੈ, ਸਾਡਾ ਇੱਕ ਉੱਥੇ ਚੜ੍ਹਦੀ ਕਲਾ ਸੇਵਕ ਜਥਾ ਹੁੰਦਾ ਸੀਗਾ, ਅਤੇ ਉਹਦੇ ਵੱਲੋਂ ਅਸੀਂ ਕੀਰਤਨ ਦਰਬਾਰ ਅਤੇ ਕਥਾ ਕੀਰਤਨ ਦਾ ਪ੍ਰੋਗਰਾਮ ਰੱਖਿਆ ਸੀਗਾ, ਅਤੇ ਉਹਦੇ ਵਿੱਚ ਭਾਈ ਸਾਹਿਬ ਉਦੋਂ ਬਹੁਤ ਜ਼ਿਆਦਾ ਇਹ ਕੰਮ ਕਰ ਰਹੇ ਸੀਗੇ, ਅਤੇ ਉਦੋਂ ਹੀ ਰੌਲਾ ਪੈ ਰਿਹਾ ਸੀ ਭਾਈ ਸਾਹਿਬ ਦੇ ਉੱਪਰ, ਅਤੇ ਉਹਨਾਂ ਨੂੰ ਫਿਰ ਅਸੀਂ ਉੱਥੇ ਬੁਲਾਇਆ, ਭਾਈ ਸਾਹਿਬ ਆਏ ਸਟੇਜ ਦੇ ਉੱਤੇ, ਉਹਨਾਂ ਨੂੰ ਅਸੀਂ ਆਨਰ ਕੀਤਾ, ਚੜ੍ਹਦੀ ਕਲਾ ਸੇਵਕ ਜਥਾ ਵੱਲੋਂ ਅਸੀਂ ਸਨਮਾਨ ਕੀਤਾ। ਉਹ ਸਨਮਾਨ ਦਾ ਜਿਹੜਾ ਚਿੰਨ੍ਹ ਸੀਗਾ ਉਹ ਹੁਣ ਤੱਕ ਵੀ ਭਾਈ ਸਾਹਿਬ ਦੇ ਘਰ ਆ, ਹੁਣ ਤੱਕ ਵੀ ਹੈ। ਅੱਛਾ, ਸਾਡਾ ਹੱਕ ਤੋਂ ਬਾਅਦ ਮੈਂ ਤੁਹਾਨੂੰ ਜਿੰਨੀਆਂ ਵੀ ਫਿਲਮਾਂ 'ਚ ਦੇਖਿਆ ਤੁਹਾਨੂੰ ਐਜ਼ ਅ ਵਿਲਨ ਹੀ ਦੇਖਿਆ, ਲੜਦੇ ਹੀ ਦੇਖਿਆ। ਸਾਡਾ ਹੱਕ ਤੁਹਾਡੀ ਫਸਟ ਮੂਵੀ ਸੀ, ਮਿੰਨੀ ਪੰਜਾਬ ਤੋਂ ਬਾਅਦ ਐਜ਼ ਅ ਐਕਟਰ ਫਸਟ ਮੂਵੀ ਸੀ, ਇੱਕ ਵੱਖਰਾ ਕੋਨਸੈਪਟ, ਯੂਨੀਕ ਕੋਨਸੈਪਟ, ਹੈ ਨਾ, ਸੈਂਸਿਟਿਵ, ਸਿੱਖਾਂ ਦੀਆਂ ਭਾਵਨਾਵਾਂ ਨੂੰ ਛੂਹਣ ਵਾਲਾ ਕੋਨਸੈਪਟ। ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਸ਼ੁਰੂਆਤ ਕਰਨੀ ਹੈ ਅਤੇ ਇਸੇ ਕੋਨਸੈਪਟ ਤੋਂ ਕਰਨੀ ਹੈ, ਹਾਲਾਂਕਿ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਫੇਸ ਕਰਨੀਆਂ ਪਈਆਂ, ਤੁਸੀਂ ਡੀਮੋਰਲਾਈਜ਼ ਵੀ ਹੋਏ ਹੋਵੋਗੇ ਵੀ ਮੈਂ ਤਾਂ ਫਸ ਗਿਆ, ਪੰਗਾ ਲੈ ਲਿਆ, ਹੈ ਨਾ, ਮੈਂ ਕਿਹੜੇ ਕੋਨਸੈਪਟ 'ਤੇ ਫਿਲਮ ਬਣਾ ਲਈ, ਪਰ ਫਿਰ ਵੀ ਤੁਸੀਂ ਸੋਚਿਆ ਕਿਵੇਂ ਕਿ ਮੈਂ ਇਹਦੇ 'ਤੇ ਹੀ ਕੰਮ ਕਰਨਾ? ਹਾਂ, ਸਾਡਾ ਹੱਕ, ਮੈਨੂੰ ਲੱਗਦਾ ਇਹ ਨਾ ਕੁਝ ਗੱਲਾਂ ਹੁੰਦੀਆਂ ਨੇ, ਕੁਝ ਕੰਮ ਹੁੰਦੇ ਨੇ ਇਨਸਾਨ ਦੇ ਕੋਲੋਂ ਜਿਹੜੇ ਕਿ ਰੱਬ ਕਰਵਾ ਲੈਂਦਾ, ਪਰਮਾਤਮਾ ਹੀ ਕਰਵਾ ਲੈਂਦਾ। ਮੈਂ ਇਹ ਫਿਲਮ ਬਣਾਉਣੀ ਚਾਹ ਰਿਹਾ ਸੀ, ਇਹ ਥੋਟ ਮੇਰੇ ਦਿਮਾਗ ਦੇ ਵਿੱਚ ਸੀ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪੜ੍ਹਦਾ ਸੀ, ਅਤੇ ਉੱਥੇ ਮੈਂ ਮਾਚਿਸ ਫਿਲਮ ਦੇਖੀ ਸੀ, ਅਤੇ ਉਹ ਮਾਚਿਸ ਫਿਲਮ ਤੋਂ ਬਾਅਦ ਮੈਨੂੰ ਲੱਗਾ ਕਿ ਯਾਰ ਸਿੱਖਾਂ ਦੇ ਉੱਤੇ ਜੋ ਕੁਛ ਸਿੱਖਾਂ ਨਾਲ ਹੋ ਰਿਹਾ ਇਹਦੇ 'ਤੇ ਇੱਕ ਫਿਲਮ ਬਣਨੀ ਚਾਹੀਦੀ ਆ। ਮਾਚਿਸ ਵੀ ਕਾਫੀ ਦੂਰ ਸੀ ਸੱਚਾਈ ਤੋਂ, ਅਤੇ ਉਹਨੇ ਸਹੀ ਰਿਪ੍ਰਜੈਂਟੇਸ਼ਨ ਨਹੀਂ ਸੀ ਕੀਤੀ ਜੋ ਸਾਡੀ ਮੂਵਮੈਂਟ ਸੀਗੀ ਉੱਥੇ ਚੱਲ ਰਹੀ, ਅਤੇ ਉਦੋਂ ਤੋਂ ਮੇਰੇ ਦਿਮਾਗ 'ਚ ਇੱਕ ਥੋਟ ਬੈਠਿਆ ਹੋਇਆ ਸੀਗਾ। ਉਹ ਥੋਟ ਨੂੰ ਲੈ ਕੇ ਮੈਂ ਚੱਲਦਾ ਰਿਹਾ। ਮੈਂ ਸਕ੍ਰਿਪਟ ਲਿਖੀ ਉਹਦੇ ਉੱਤੇ 2007 ਦੇ ਵਿੱਚ, ਇੱਕ ਡਾਇਰੈਕਟਰ ਵੀ ਉੱਥੋਂ ਜਲੰਧਰ ਤੋਂ ਹਾਇਰ ਕੀਤੇ, ਜਲੰਧਰ 'ਚ ਮੇਰਾ ਆਫਿਸ ਸੀਗਾ, ਅਤੇ ਮੈਂ ਇਹਦੇ 'ਤੇ ਕੰਮ ਵੀ ਸ਼ੁਰੂ ਕਰਤਾ, ਆਡੀਸ਼ਨ ਵੀ ਲੈਣੇ ਸ਼ੁਰੂ ਕਰਤੇ, ਅਤੇ ਪਰ ਜਦੋਂ ਲੋਕਾਂ ਨੂੰ ਪਤਾ ਲੱਗਾ, ਮੇਰੇ ਆਸੇ ਪਾਸੇ ਨੂੰ ਮੇਰੇ ਪਾਰਟਨਰ ਸੀਗੇ ਦਿਨੇਸ਼ ਸੂਦ, ਅਤੇ ਆਸੇ ਪਾਸੇ ਜਿੰਨੇ ਵੀ ਮੇਰਾ ਸਰਕਲ ਸੀਗਾ, ਉਹ ਸਾਰਿਆਂ ਲੱਗਾ ਵੀ ਯਾਰ ਤੂੰ ਕੀ ਕਰਨ ਲੱਗਾ, ਮਤਲਬ ਤੇਰਾ ਦਿਮਾਗ ਠੀਕ ਹੈ? ਉਹਨਾਂ ਨੂੰ ਐਂ ਲੱਗਾ ਕਿ ਯਾਰ ਉਹ ਗੱਲ ਜਿਹੜੀ ਆ, ਮਤਲਬ ਉਹ ਮੂਵਮੈਂਟ ਜਿਹਦੇ ਬਾਰੇ ਕੋਈ ਗੱਲ ਵੀ ਨਹੀਂ ਕਰਨਾ ਚਾਹੁੰਦਾ,
ਗੱਲ ਕਰਨ ਲੱਗੇ ਵੀ ਲੋਕੀ ਹਾਸ਼ਿਸ਼ ਕਰਦੇ ਆ, ਯਾਰ ਨਹੀਂ ਨਹੀਂ ਉਹ ਗੱਲ ਨਹੀਂ ਕਰਨੀ, ਉਸ ਸਮੇਂ ਦੀ ਗੱਲ ਹੀ ਨਾ ਕਰੋ, ਤੇ ਉਹ ਤੇ ਤੂੰ ਫਿਲਮ ਬਣਾਉਣ ਬਾਰੇ ਸੋਚ ਰਿਹਾ, ਤੇ ਉਹ ਮੈਨੂੰ ਫਿਰ ਸਪੋਰਟ ਨਹੀਂ ਸੀ ਕਿਸੇ ਪਾਸਿਓਂ, ਤੇ ਦਬਾਅ ਦੇ ਵਿੱਚ ਆ ਕੇ ਮੈਂ ਮੰਨ ਲਿਆ ਕਿ ਚਲੋ ਪਹਿਲੀ ਫਿਲਮ ਕੋਈ ਹੋਰ ਬਣਾ ਲੈਂਦੀ ਹਾਂ, ਤੇ ਅਸੀਂ ਪਹਿਲੀ ਫਿਲਮ ਇੱਕ ਬਣਾਈ ਗੁਰਦਾਸ ਮਾਨ ਸਾਹਿਬ ਨੂੰ ਲੈ ਕੇ ਮਿੰਨੀ ਪੰਜਾਬ, ਜਿਹੜੀ 2009 'ਚ ਰਿਲੀਜ਼ ਹੋਈ, ਤੇ ਉਹ ਫਿਲਮ ਜਿਹੜੇ ਪੈਸੇ ਅਸੀਂ ਇਕੱਠੇ ਕੀਤੇ ਸੀ ਸਾਡਾ ਹੱਕ ਲਈ, ਉਹ ਲਾ ਤੇ ਮਿੰਨੀ ਪੰਜਾਬ 'ਤੇ, ਅਤੇ ਮਿੰਨੀ ਪੰਜਾਬ ਫਲੋਪ ਹੋ ਗਈ, ਫਾਈਨੈਂਸ਼ੀਅਲ ਕਾਫੀ ਲੋਸ ਕਰ ਗਈ ਸਾਨੂੰ, ਖਰਚਾ ਵੀ ਬਹੁਤ ਵੱਡਾ ਸੀ ਉਸ ਫਿਲਮ ਦਾ, ਗੁਰਦਾਸ ਮਾਨ ਸਾਹਿਬ ਉਹਦੇ ਮੇਨ ਹੀਰੋ ਸੀਗੇ, ਅਤੇ ਉਸ ਤੋਂ ਬਾਅਦ ਫਿਰ ਸਾਨੂੰ ਫੰਡ ਫੁੰਡ ਇਕੱਠੇ ਕਰਨ ਦੇ ਵਿੱਚ ਮੈਂ ਲੱਗਾ ਰਿਹਾ, ਅਤੇ 2012 'ਚ ਜਾ ਕੇ ਫਿਰ ਇਹ ਫਿਲਮ ਬਣਾਈ, ਇੱਕ ਸਮਝ ਲਓ ਇੱਕ ਜਿੱਦ ਸੀਗੀ, ਰੱਬ ਦਾ ਇੱਕ ਆਸ਼ੀਰਵਾਦ ਸੀਗਾ, ਅਤੇ ਉਹ ਕੰਮ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਹੈਲਪ ਕਰ ਸਕਦੀ ਹੈ, ਕਿਉਂਕਿ ਇਸ ਫਿਲਮ ਦਾ ਜਿਹੜਾ ਮੁੱਦਾ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹੁੰਚਿਆ, ਜਿਹੜੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ, ਉਹ ਕਹਿੰਦੇ ਨੇ ਕਿ ਸਾਡੇ ਧਿਆਨ 'ਚ ਮਾਮਲਾ ਆਇਆ, ਅਸੀਂ ਜਿੰਨਾ ਹੋ ਸਕੇਗਾ ਹੈਲਪ ਕਰਾਂਗੇ। ਤੁਹਾਡੀ ਕਿਸ ਲੈਵਲ 'ਤੇ ਹੈਲਪ ਕੀਤੀ ਸੀ, ਅਤੇ ਇਸ ਫਿਲਮ ਦੇ ਵਿੱਚ ਕਿਸ ਲੈਵਲ 'ਤੇ ਹੋ ਸਕਦੀ ਹੈ ਹੈਲਪ? ਅਸੀਂ ਸ਼੍ਰੋਮਣੀ ਕਮੇਟੀ ਕੋਲ ਉਸ ਵੇਲੇ ਆਪ ਪਹੁੰਚ ਕੀਤੀ ਸੀ ਕਿ ਬਕਾਇਦਾ ਪ੍ਰੋਡਿਊਸਰ ਅਸੀਂ ਉੱਥੇ ਮੱਕੜ ਸਾਹਿਬ ਨੂੰ ਮਿਲੇ, ਰਜਿੰਦਰ ਸਿੰਘ ਮਹਿਤਾ ਹੁਣ ਵੀ ਹੈਗੇ ਨੇ ਗਰੇਵਾਲ ਸਾਹਿਬ, ਉਦੋਂ ਤਾਂ ਨਹੀਂ ਮੈਨੂੰ ਮਿਲੇ ਸੀ ਖੈਰ, ਪਰ ਗਰੇਵਾਲ ਸਾਹਿਬ ਨੂੰ ਵੀ ਮੈਂ ਜਾਣਦਾ। ਸੋ ਇਹ ਸਾਰੇ ਬੰਦਿਆਂ ਕੋਲ ਅਸੀਂ ਇੱਕ ਅਰਜ਼ੀ ਲੈ ਕੇ ਗਏ ਸੀ, ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਕਿ ਸਾਡੇ ਨਾਲ ਆਹ ਹੋਇਆ, ਸੈਂਸਰ ਬੋਰਡ ਨੇ ਜੋ ਓਬਜੈਕਸ਼ਨ ਲਾਏ ਸੀ ਇਤਰਾਜ਼, ਉਹ ਅਸੀਂ ਇਤਰਾਜ਼ ਨਾਲ ਨੱਥੀ ਕੀਤੇ ਸੀ, ਅਤੇ ਪ੍ਰੋਪਰ ਇੱਕ ਫਾਰਮਲ ਤਰੀਕੇ ਨਾਲ ਅਸੀਂ ਅਪਰੋਚ ਕੀਤਾ ਸੀ। ਸੋ ਮੇਰੇ ਖਿਆਲ ਨਾਲ ਇਸ ਫਿਲਮ ਦੇ ਮੇਕਰਸ ਵੀ ਆਪਣੇ ਜਿਹੜੇ ਡਾਇਰੈਕਟਰ ਹਨੀ ਤਰੇਨ ਹੋਣੀ ਨੇ ਜਾਂ ਬਾਕੀ ਪ੍ਰੋਡਿਊਸਰਸ ਨੇ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰਨੀ ਚਾਹੀਦੀ ਹੈ, ਅਤੇ ਉਹਨਾਂ ਨੂੰ ਨਾਲ ਇਨਵੋਲਵ ਕਰਕੇ ਅਤੇ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ। ਅਸੀਂ ਜਦੋਂ ਵੀ ਪੰਜਾਬੀ ਫਿਲਮਾਂ ਦੀ ਗੱਲ ਕਰਦੇ ਹਾਂ ਨਾ, ਜ਼ਿਆਦਾ ਕੌਮੇਡੀ, ਹੁਣ ਤਾਂ ਵਲਗੈਰਿਟੀ ਵੀ ਆਉਣ ਲੱਗ ਗਈ ਹੈ ਕਿਤੇ ਨਾ ਕਿਤੇ ਫਿਲਮਾਂ ਦੇ ਵਿੱਚ, ਅਤੇ ਇੱਦਾਂ ਦੇ ਸੈਂਸਿਟਿਵ ਕਮੈਂਟ ਮਤਲਬ ਕੋਨਸੈਪਟ 'ਤੇ ਜਦੋਂ ਫਿਲਮ ਬਣਦੀ ਹੈ, ਤਾਂ ਜਦੋਂ ਇੱਦਾਂ ਦੇ ਵਿਵਾਦ ਦੇ ਵਿੱਚ ਆਉਂਦੀ ਹੈ, ਤਾਂ ਜ਼ਾਹਿਰ ਹੈ ਕਿ ਜਿਹੜੇ ਪ੍ਰੋਡਿਊਸਰਸ ਨੇ ਔਰ ਐਕਟਰਸ ਨੇ ਉਹ ਜ਼ਰੂਰ ਡੀਮੋਰਲਾਈਜ਼ ਹੁੰਦੇ ਹੋਣਗੇ। ਤੁਸੀਂ ਤਾਂ ਖੁਦ ਇਹ ਚੀਜ਼ ਆਪਣੇ ਹੱਡਾਂ ਨਾਲ ਹੰਢਾਈ ਹੈ ਨਾ, ਸਾਡਾ ਹੱਕ ਦੇ ਵਿੱਚ, ਇਹੋ ਜਿਹੇ ਫਿਰ ਪ੍ਰੋਡਿਊਸਰਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਡੀਮੋਰਲਾਈਜ਼ ਹੋਣ ਦੀ ਲੋੜ ਹੈ ਕਿ ਨਹੀਂ? ਡਿਸਕਰੇਜ ਹੁੰਦੇ ਆ ਬੰਦੇ, ਡੈਫੀਨੇਟਲੀ ਹੁੰਦੇ ਆ, ਕਿਉਂਕਿ ਹੁਣ ਮੈਂ ਵੀ ਤੁਸੀਂ ਗੱਲ ਕੀਤੀ ਕਿ ਸਾਡਾ ਹੱਕ ਵਿੱਚ ਤੁਸੀਂ ਐਜ਼ ਅ ਹੀਰੋ ਦਿਖੇ, ਜਾਂ ਉਸ ਤੋਂ ਬਾਅਦ ਮੈਂ ਯੋਧਾ 'ਚ ਹੀਰੋ ਦਿਖਿਆ, ਉਸ ਤੋਂ ਬਾਅਦ ਮੈਂ ਵਿਲਨ ਕਰਨ ਲੱਗਿਆ, ਮੇਰੇ ਕੋਲ ਬਹੁਤ ਸਾਰੇ ਸਬਜੈਕਟ ਸੀਗੇ ਜਿਹੜੇ ਮੈਂ ਕਰਨਾ ਚਾਹੁੰਦਾ ਸੀਗਾ, ਭਾਈ ਜਿੰਦਾ ਸੁੱਖਾ ਦੇ ਉੱਤੇ ਮੈਂ ਇੱਕ ਫਿਲਮ ਲਿਖੀ ਹੋਈ ਸੀਗੀ ਉਦੋਂ, ਅਤੇ ਹੋਰ ਬਹੁਤ ਸਾਰੇ ਸਬਜੈਕਟ ਸੀਗੇ ਨੋਟ ਰਿਲੇਟਡ ਟੂ ਦੈਟ ਮੂਵਮੈਂਟ, ਅਦਰਵਾਈਜ਼ ਵੀ ਕਈ ਪੰਜਾਬ ਦੀਆਂ ਸੱਚੀਆਂ ਕਹਾਣੀਆਂ 'ਤੇ ਆਧਾਰਿਤ, ਪਰ ਉਹੀ ਆ ਪ੍ਰੋਡਿਊਸਰ ਡਰ ਜਾਂਦੇ ਆ ਜਦੋਂ ਤੁਸੀਂ ਰੀਅਲ ਕੋਈ ਸਟੋਰੀ ਨੂੰ ਸਾਹਮਣੇ ਲਿਆਉਣਾ ਹੁੰਦਾ, ਅਤੇ ਉਹ ਜਿਹੜੇ ਇਨਵੈਸਟਰ ਨੇ ਤੁਹਾਡੇ ਨਾਲ ਖੜ੍ਹੇ ਹੁੰਦੇ, ਉਹ ਕਹਿੰਦੇ ਯਾਰ ਨਹੀਂ ਪੈਸਾ ਸਾਡਾ ਬਲੌਕ ਹੋ ਜਾਊਗਾ, ਫਿਲਮ ਪਤਾ ਨਹੀਂ ਰਿਲੀਜ਼ ਹੋਊਗੀ ਨਹੀਂ ਹੋਊਗੀ। ਸੋ ਇਹ ਜਾਣ ਬੁੱਝ ਕੇ ਮਾਹੌਲ ਬਣਾਇਆ ਗਿਆ ਕਿ ਇਹਨਾਂ ਨੂੰ ਇੱਧਰਲੇ ਪਾਸੇ ਲਾ ਛੱਡੋ, ਪੰਜਾਬੀਆਂ ਨੂੰ ਗਾਉਣ ਵਜਾਉਣ 'ਤੇ ਆ ਚਮਕੀਲੇ ਚਮਕੁਲੇ ਵਰਗੀਆਂ ਫਿਲਮਾਂ ਬਣਾਓ ਤੁਸੀਂ, ਅਤੇ ਬਸ ਇੱਧਰ ਕੋਈ ਸੀਰੀਅਸ ਚੀਜ਼ ਨਾ ਬਣਾ ਲੈਣ, ਅਤੇ ਕਿਤੇ ਕੌਮ ਜਾਗ ਨਾ ਜਾਵੇ, ਬਸ ਇਹੀ ਡਰ ਹੈ। ਵੈਬ ਸੀਰੀਜ਼ ਦੀ ਗੱਲ ਕਰ ਲਈਏ, ਤਾਂ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ, ਡਿਜੀਟਲ ਮੀਡੀਆ ਬਹੁਤ ਅੱਗੇ ਪਹੁੰਚ ਚੁੱਕਿਆ ਹੈ। ਪਹਿਲਾਂ ਟੀਵੀ ਦਾ ਜ਼ਮਾਨਾ ਹੁੰਦਾ ਸੀ, ਰੇਡੀਓ ਦਾ ਹੁੰਦਾ ਸੀ, ਪਰ ਅੱਜ ਕੱਲ੍ਹ ਤਾਂ ਮੋਬਾਈਲ ਫੋਨ ਹੀ ਹੈ, ਉਹਦੇ ਵਿੱਚ ਹੀ ਬਹੁਤ ਸਾਰੀਆਂ ਅਸੀਂ ਵੈਬ ਸੀਰੀਜ਼ ਜਿਹੜੀਆਂ ਨੇ ਇਤਰਾਜ਼ਯੋਗ ਹੁੰਦੀਆਂ ਨੇ, ਬਹੁਤ ਅਸ਼ਲੀਲ ਡਾਇਲੋਗਸ ਵੀ ਹੁੰਦੇ ਨੇ, ਸੀਨਸ ਵੀ ਹੁੰਦੇ ਨੇ, ਉਹਨਾਂ ਦੇ ਉੱਤੇ ਇਤਰਾਜ਼ ਜਤਾਉਣ ਲਈ ਤਾਂ ਕੋਈ ਬੋਰਡ ਨਹੀਂ ਬਣਾਇਆ ਗਿਆ, ਫਿਰ ਇਹਨਾਂ ਫਿਲਮਾਂ ਦੇ ਲਈ? ਹਾਂ, ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਵੈਬ ਸੀਰੀਜ਼ ਦੇ ਵਿੱਚ, ਜਿੱਥੇ ਲੋੜ ਵੀ ਨਹੀਂ ਹੁੰਦੀ ਸੀਨ, ਉੱਥੇ ਉਹੋ ਜਿਹੇ ਸੀਨ ਉਹ ਜ਼ਬਰਦਸਤੀ ਪਾ ਕੇ ਇੱਕ ਸੈਂਸੇਸ਼ਨਲਿਜ਼ਮ ਅਤੇ ਇੱਕ ਆਈ ਬਾਲਸ ਕੈਚ ਕਰ ਲਈ ਇੰਨਾ ਕੁਛ ਕੀਤਾ ਜਾ ਰਿਹਾ, ਉੱਥੇ ਸੈਂਸਰ ਬੋਰਡ ਸੌਂ ਜਾਂਦਾ, ਇਗਨੋਰ ਕਰ ਦਿੰਦਾ, ਪਰ ਇਹੋ ਜਿਹੇ ਮੁੱਦੇ ਦੇ ਉੱਤੇ ਆ ਕੇ ਸੈਂਸਰ ਬੋਰਡ ਦੀ ਨੀਂਦ ਖੁੱਲ੍ਹ ਜਾਂਦੀ ਹੈ। ਸੋ ਇਹ ਸਿਸਟਮ ਹੈ ਇਸ ਦੇਸ਼ ਦਾ, ਉਹਨਾਂ ਹੀ ਦੋਸ਼ੀ ਠਹਿਰਾਵਾਂਗੇ।
ਠੀਕ ਹੈ ਕੁਲਜਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਥੈਂਕ ਯੂ। ਥੈਂਕ ਯੂ ਕਮਲ। ਥੈਂਕ ਯੂ। ਸੋ ਇਸੀ ਅੱਜ ਦੀ ਖਾਸ ਪੇਸ਼ਕਸ਼ ਫਿਲਮ ਪੰਜਾਬ 95 ਰਿਲੀਜ਼ ਹੋਣ ਤੋਂ ਪਹਿਲਾਂ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਗਈ ਹੈ, ਕਿਉਂਕਿ ਇਹ ਸਿੱਖ ਜਰਨੈਲ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ ਹੈ। ਹਾਲਾਂਕਿ ਕਾਨੂੰਨੀ ਲੜਾਈ ਜਿਹੜੀ ਫਿਲਮ ਦੀ ਟੀਮ ਹੈ ਉਹਨੂੰ ਲੜਨ ਦੀ ਸਲਾਹ ਦਿੱਤੀ ਜਾ ਰਹੀ ਹੈ। ਸੋ ਅੱਗੇ ਦੇਖਣਾ ਹੋਏਗਾ ਕਿ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਔਰ ਪ੍ਰੋਡਿਊਸਰ ਨੇ ਉਹ ਕੀ ਰੁਕ ਲੈਣਗੇ। ਅੱਜ ਦੀ ਪੇਸ਼ਕਸ਼ ਦੇ ਵਿੱਚ ਇੰਨਾ ਹੀ, ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ, ਸਤਲੁਜ TV।